ਕਹਿੰਦੇ ਸਾਰੀ ਦੁਨੀਆਂ ਚੋਂ ਇੱਕ ਹੀਰਾ ਲੱਭਿਆ ਸਾਨੂੰ ਉਹ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ। ਬੜੀ ਪਰਖ ਲਈ ਸੰਗਤਾਂ ਦੀ, ਇਸ ਕਰਕੇ ਉਹ ਅਖੀਰ ਤੇ ਜਾ ਕੇ ਪਰਖ ਚ ਪੂਰੇ ਉਤਰੇ, ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਸ੍ਰੀ ਚੰਦ ਗੁਰ ਸੰਤਤ ਜਾਣੇ ਮਨ 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 ਅਨਮਨ। ਜੋ ਬਾਬਾ ਸ੍ਰੀ ਚੰਦ ਜੀ ਸਨ ਉਮਰ ਦੇ ਵਿੱਚ ਵੀ ਛੋਟੇ, ਗੁਰ ਸੰਤਤ ਜਾਣੇ ਜੋ ਸੰਤਾਨ ਔਲਾਦ ਹੈ ਮਹਾਰਾਜ ਦੀ, ਮਨ ਹੈ ਮਾਨਵ ਮਨ ਅਨੁਮਾਨ ਨੇ, ਮਨ ਦੇ ਵਿੱਚ ਸੋਚ ਕੇ ਵੀ ਇਹ ਮਾਨਵ ਨੇ, ਆਮ ਜੀਵ ਆਮ ਬੰਦੇ ਨੇ, ਚਲੋ ਥੋੜ੍ਹੀ ਬਹੁਤ ਸ਼ਕਤੀ, ਪਰ ਇਹ ਪੜਦਾ ਕੀ ਨਹੀਂ ਪਾਇਆ ਹੋਇਆ ਸੀ ਸਤਿਗੁਰੂ ਜੀ ਨੇ, ਪੜਦਾ ਪਾ ਛੱਡਿਆ, ਸੋਝੀ ਨਹੀਂ ਪੈਣ ਦੇ। ਸੋ ਕਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਨੇੜੇ ਸਮਝਾ ਦਿੰਦੇ ਨੇ, ਕਿਸੇ ਨੂੰ ਦੂਰ ਕਹਿੰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਮਤ ਤੇ ਪੜਦਾ ਪਿਆ, ਇਹੀ ਤਾਂ ਮਾਇਆ ਹੈ ਸਤਿਗੁਰਾਂ ਦੀ, ਸਰਦਾ ਨਹੀਂ ਪੈਦਾ। ਮਹਾਰਾਜ ਨੇ ਇੱਕ ਵਾਰ ਬਚਨ ਕੀਤਾ ਵੀ ਸੀ, ਕਹਿੰਦੇ ਜੇ ਅਸੀਂ ਚਾਹੀਏ ਤਾਂ ਹੀ ਕੋਈ ਸਾਡੇ ਦਰ ਤੇ ਆ ਸਕਦਾ, ਨਹੀਂ ਜ਼ੋਰ ਲਾ ਲਏ ਸਾਡੇ ਦਰ ਤੇ ਕੋਈ ਆ ਨਹੀਂ ਸਕਦਾ। ਇਹ ਸਤਿਗੁਰਾਂ ਦੀ ਹੀ ਲੀਲਾ, ਕਿਉਂਕਿ ਉਹਨਾਂ ਦੀ ਚਿੱਪ ਜਿਹੜੀ ਆਤਮਾ ਹੈ ਉਹ ਸਾਡੇ ਵਿੱਚ ਹੀ ਫਿੱਟ ਹੋਈ ਵੀ ਹੈ, ਉੱਥੋਂ ਹੀ ਚੱਕਰੀ ਘੁੰਮਦੀ ਹੈ ਸਾਰੀ। ਇਹ ਕਬੁੱਧੀ ਦੇਣੀ, ਬੁੱਧੀ ਦੇਣੀ, ਮਤ ਦੇਣੀ, ਜਿੱਧਰ ਨੂੰ ਚਲਾਉਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਲਾ ਦਿੰਦੇ ਹਨ। ਉਹ ਮੰਨਦੇ ਸੀ ਕਿ ਇਹ ਆਮ ਜੀਵ ਨੇ ਪਹਿਲਾਂ ਸੋਝੀ ਪੈਣ ਨਹੀਂ ਦਿੱਤੀ, ਕਿਉਂਕਿ ਗੁਰਤਾ ਗੱਦੀ ਜਿਹੜੀ ਆ ਨਾ ਉਹ ਲਿਖੀ ਹੋਈ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਸਤਕ ਤੇ ਸੀ। ਇਸ ਕਰਕੇ ਬਾਬਾ ਸ੍ਰੀ ਚੰਦ ਜੀ ਨੂੰ ਉਹ ਮਿਲ ਨਹੀਂ ਸੀ ਸਕਦੀ, ਤਾਂ ਤੇ ਉਹਨਾਂ ਨੂੰ ਇਸ ਤਰ੍ਹਾਂ ਭੁਲੇਖੇ ਪਾਈ ਗਏ। ਜਦੋਂ ਲਾਸਟ ਆਪ ਅਲੋਪ ਹੋਏ ਤਾਂ ਬਾਬਾ ਸ੍ਰੀ ਚੰਦ ਜੀ ਦੇ ਉੱਤੋਂ ਮਾਇਆ ਦਾ ਪਰਦਾ ਲੱਥਾ, ਫਿਰ ਰੋਣ ਲੱਗੇ, ਪਿਤਾ ਜੀ ਇੱਕ ਘੜੀ ਦਰਸ਼ਨ ਬਖਸ਼ੋ, ਅਸੀਂ ਤਾਂ ਆਮ ਹੀ ਸਮਝਦੇ ਸੀ। ਫਿਰ ਸਤਿਗੁਰੂ ਜੀ ਪ੍ਰਗਟ ਹੋਏ ਸੀ, ਫਿਰ ਬਚਨ ਕੀਤੇ, ਬਹੁਤ ਵੱਡੀ ਕਿਰਪਾ ਕੀਤੀ ਹੈ, ਕਿਉਂਕਿ ਬਹੁਤ ਸਾਰੇ ਸਮਝਦੇ ਨੇ ਕਿ ਇਹ ਜਿਹੜੀ ਗੁਰਤਾ ਗੱਦੀ ਹੈ ਸਾਡੀ ਖਾਨਦਾਨੀ ਚੀਜ਼ ਹੈ। ਜਾਂ ਮਹਾਰਾਜ ਨੇ ਕਿਹਾ ਸੀ ਬੇਟੇ ਜਿਹੜੀ ਪਿਤਾ ਜੀ ਵਾਲੀ ਜ਼ਮੀਨ ਹੈ ਇਹ ਲੈ ਲਓ, ਤੁਸੀਂ ਘਰ ਲੈ ਲਓ, ਇਹ ਤੁਹਾਡਾ ਹੱਕ ਬਣਦਾ। ਪਰ ਗੁਰਤਾ ਗੱਦੀ ਨਹੀਂ, ਗੁਰਤਾ ਗੱਦੀ ਤਾਂ ਸੇਵਕ ਦੀ ਹੈ, ਜਿਹਨਾਂ ਨੂੰ ਆ ਧੁਰੋਂ ਅਕਾਲ ਪੁਰਖ ਨੇ ਲਿਖਿਆ ਉਹਨਾਂ ਨੂੰ ਮਿਲ ਸਕਦੀ ਹੈ। ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਸਾਨੂੰ ਰੋਟੀ ਕੌਣ ਦਊ, ਕੱਪੜਾ ਕੌਣ ਦਊ, ਤੁਹਾਡੇ ਹੁੰਦਿਆਂ ਸਾਨੂੰ ਮੌਜਾਂ ਰਹੀਆਂ, ਉਦੋਂ ਅਸੀਂ ਪਛਾਣਿਆ ਨੇ। ਮਹਾਰਾਜ ਕਹਿਣ ਲੱਗੇ, ਪੁੱਤਰ ਗੁਰੂ ਘਰ ਦੇ ਤਾਂ ਕੁੱਤਿਆਂ ਵਿੱਚ ਵੀ ਕਰਾ ਮਾਤ, ਤੁਸੀਂ ਤਾਂ ਫਿਰ ਸਾਡੇ ਤੋਂ ਹੋਏ ਹੋ, ਤੁਸੀਂ ਰੋਟੀ ਨੂੰ ਕਹਿੰਦੇ, ਤੁਹਾਡੇ ਆਸਣ ਤੇ ਕਰੋੜਾਂ ਲੋਕ ਰੋਟੀ ਖਾਣਗੇ, ਚਿੰਤਾ ਨਾ ਕਰੋ ਕਿਸੇ ਗੱਲ ਦੀ, ਸਤਿਕਾਰੇ ਜਾਓਗੇ ਸੰਸਾਰ ਦੇ ਵਿੱਚ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੀ ਪਰਦੇ ਪਾਏ ਹੁੰਦੇ ਨੇ। ਗੁਰ ਅੰਗਦ ਕੋ ਗੁਰਤਾ ਦੇ ਕਿਦੋ ਦੁੱਤਿਆ ਨਾਨਕ ਪ੍ਰਗਟੈ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਕਿਦੋਂ ਮੰਨੋ ਦੁੱਤੀਏ ਨਾਨਕ ਪ੍ਰਗਟੇ, ਦੂਸਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਮਨੋ ਪ੍ਰਗਟ ਹੋ ਗਏ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਦਸਵੇਂ ਜਾਮੇ ਚ ਬਖਸ਼ਾਂਗੇ ਜਾ ਕੇ, ਪਤਾ ਸੀ ਨਾ ਕਿ ਦਸਵਾਂ ਜਾਮਾ ਧਾਰਨਾ, ਫਿਰ ਜਾ ਕੇ ਸ਼ਿਕਾਰ ਘਾਟ ਮੂਲੇ ਖੱਤਰੀ ਦਾ ਸ਼ਿਕਾਰ ਕਰਕੇ ਸਹੇ ਦਾ ਪ੍ਰਗਟ ਕੀਤੀ ਉਹ ਚੀਜ਼। ਇੱਕ ਪਹਿਲੇ ਪਾਤਸ਼ਾਹ ਕੋਲ ਦੋ ਤੇਗੇ ਲੈ ਕੇ ਆਇਆ ਸੀ ਮੁਸਲਮਾਨ, ਮਹਾਰਾਜ ਕਹਿੰਦੇ ਹੁਣ ਤਾਂ ਨਹੀਂ ਸਮਾਂ, ਦਸਵੇਂ ਸਰੂਪ ਚ ਤੈਥੋਂ ਇਹ ਦੋਨੋਂ ਤੇਗੇ ਅਸੀਂ ਲਵਾਂਗੇ, ਪਹਿਲਾਂ ਹੀ ਦੱਸ ਦਿੱਤਾ ਉਹਨਾਂ। ਇਸ ਕਰਕੇ ਸਤਿਗੁਰ ਨਾਨਕ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਤੱਕ ਇੱਕੋ ਹੀ ਸਰੂਪ ਹੈ ਸਾਰਾ, ਕਮੀ ਕਿੱਥੇ ਆ? ਆਪਣੇ ਲੈਂਜ ਖਰਾਬ ਹੋ ਗਏ ਨੇ, ਆਪਣੇ ਲੈਂਜ ਸਾਫ਼ ਕਰੀਏ ਆਪਾਂ, ਫਿਰ ਉਹ ਨੇਤਰ ਦੇਖੋ ਉਹ ਚੀਜ਼ ਨੂੰ ਦੇਖਣ ਵੀ ਹਾਂ ਸਾਹਮਣੇ ਸਤਿਗੁਰੂ ਨਾਨਕ ਸਾਹਿਬ ਸਜੇ ਹੋਏ ਨੇ ਪਰ ਦਿਖਦੇ ਨਹੀਂ ਹਨ ਆਪਾਂ ਨੂੰ। ਜਿਵੇਂ ਭਾਈ ਧੰਨਾ ਭਗਤ ਜੀ ਨੂੰ ਦਿਖਦੇ ਪਰਮੇਸ਼ਰ, ਤ੍ਰਿਲੋਚਨ ਕਹਿਣ ਲੱਗਿਆ ਬ੍ਰਾਹਮਣ ਮੈਨੂੰ ਤਾਂ ਦਿਖਦੇ ਨਹੀਂ, ਕਹਿੰਦੇ ਉਹ ਅੱਖਾਂ ਨਹੀਂ ਹੈ ਤੇਰੀਆਂ ਦੇਖਣ ਵਾਲੀਆਂ। ਸੋ ਇਸ ਕਰਕੇ ਕਿਸੇ ਨੇੜੇ ਭਜਾਵੇ ਕਿਸੇ ਦੂਰ, ਕਿਸੇ ਨੂੰ ਨੇੜੇ ਸਮਝਾਉਂਦਾ ਕੋਈ ਕਹਿੰਦਾ ਕੋਲ ਹੀ ਆ,
ਕੋਈ ਕਹਿੰਦਾ ਬਹੁਤ ਦੂਰ ਆ, ਉਹ ਨੀਲੀ ਛੱਤ ਵਾਲਾ ਉੱਪਰ ਰਹਿੰਦਾ। ਇਸ ਕਰਕੇ ਸ਼ਰਧਾ ਤੁਹਾਡੀ ਕਿਰਪਾ ਨਾਲ ਹੀ ਬਣਦੀ। ਬੇਨਤੀਆਂ ਕਰੋਗੇ ਤਾਂ ਆਪਣੀ ਨਹੀਂ ਬਣੂਗੀ। ਹੰਕਾਰ ਛੱਡ ਕੇ, ਆਪਾ ਭਾਵ ਛੱਡ ਕੇ ਵੀ ਮਹਾਰਾਜ ਸਾਨੂੰ ਵੀ ਸ਼ਰਧਾ ਬਖਸ਼ੋ। ਸੁਣ ਕਰ ਲਾਲੋ ਗਿਰਾ ਅਲਾਈ, ਖੋਜੋ ਜੇ ਪੱਤਰੀ ਹੋਏ ਭਾਈ। ਭਾਈ ਬਾਬਾ ਲਾਲ ਚੰਦ ਜੀ ਚਾਚਾ ਜੀ ਮਹਾਰਾਜ ਦੇ ਕਹਿਣ ਲੱਗੇ ਬਚਨ ਕਰਕੇ, ਕਹਿਣ ਦੇਖੋ ਖੋਜ ਲਓ ਭਾਈ ਜੇ ਪੱਤਰੀ ਹੋਵੇ ਨਾ ਇੱਥੇ, ਕਿਉਂਕਿ ਕਾਗਜ਼ਾਂ ਦਾ ਜਿਹੜਾ ਬਾਬਾ ਜੀ ਸੀਗੇ ਪਟਵਾਰੀ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਸਾਹਿਬ ਦੇ, ਉਹ ਇੰਨੇ ਕਾਗਜ਼ ਉਹ ਪੜਛੱਤੀ ਤੇ ਪਏ ਨੇ, ਮੈਨੂੰ ਨਹੀਂ ਮਿਲਣੀ। ਇਹ ਤਾਂ ਕਈ ਦਿਨ ਲੱਗਣੇ ਲੱਗਦੇ। ਹੋ ਸਕਦਾ ਉਹਨਾਂ ਕਾਗਜ਼ਾਂ ਦੇ ਵਿੱਚ ਉਹ ਸਾਰਾ ਕੁਛ ਇੱਥੇ ਆਪਾਂ ਨੂੰ ਮਿਲ ਜਾਏ। ਕਾਗਰ ਲੇਖੇ ਕੇ ਇੱਕ ਥਾਂ, ਲੇਖੇ ਪੱਤੇ ਦੇ ਜਿੰਨੇ ਕਾਗਜ਼ ਨੇ ਉਹ ਇੱਕ ਥਾਂ ਪਏ ਹਨ। ਕਾਗਰ ਲੇਖੇ ਕੇ ਇੱਕ ਥਾਈ, ਬਹੁ ਮੈਂ ਮਿਲੀ ਨ ਜਾਣੀ ਜਾਈ। ਬਹੁ ਮੈਂ ਮਿਲੀ ਨ ਜਾਣੀ, ਉਹ ਆਪਸ ਵਿੱਚ ਉਹ ਜਿਵੇਂ ਮਿਲ ਗਈ ਕਾਗਜ਼ਾਂ ਦੇ ਵਿੱਚ, ਮੰਨ ਲਓ ਸਮਿਲਿਤ ਹੋ ਗਈ ਆ। ਇਸ ਕਰਕੇ ਉਹ ਵੀ ਮੈਨੂੰ ਤਾਂ ਹੁਣ ਘੱਟ ਦਿਖਦਾ, ਦੇਖੋ ਤੁਸੀਂ ਆਪਣੀ ਮਿਹਨਤ ਕਰ ਲਓ। ਦੋਹਰਾ ਕਹਿ ਬਾਲਾ ਲਾਲੂ ਸੁਣੋ, ਤੂੰ ਕਾਲੂ ਕੋ ਪ੍ਰਾਤ। ਭਾਈ ਬਾਲਾ ਜੀ ਕਹਿਣਗੇ, ਇਹ ਲਾਲੂ ਜੀ ਸੁਣੋ, ਤੁਸੀਂ ਬਾਬਾ ਕਲਿਆਣ ਚੰਦ ਦੇ ਭਰਾਤਾ ਹੋ ਜੀ। ਜਨਨ ਜਨਕ ਨਾਨਕ ਨਾਹਿਨ ਤੁਮ ਤੇ ਅਵੈ ਅਗਾਤ। ਹੁਣ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਨਹੀਂ ਨਾ ਬੈਠੇ, ਹੁਣ ਤਾਂ ਤੁਸੀਂ ਤੋਂ ਹੀ ਮਿਲੇਗੀ। ਜੋ ਪਈ ਤੂੰ ਬਿਨ ਕੌਣ ਕਰੇ ਹਮ ਕੰਮਾਂ, ਆ ਪੱਤੇ ਉੱਠ ਖੋਜੋ ਧੰਮਾਂ। ਤੁਹਾਡੇ ਤੋਂ ਬਿਨਾਂ ਸਾਡਾ ਕੰਮ ਕੌਣ ਕਰ ਸਕਦਾ ਹੋ? ਇਹ ਜਿਹੜੀ ਜਨਮ ਪੱਤਰੀ ਹੈ, ਉੱਠ ਕੇ ਤੁਸੀਂ ਹੀ ਖੋਜੋ ਜੀ ਘਰ ਦੇ ਵਿੱਚ। ਬਾਲੇ ਕੀ ਸੁਣ ਗਿਰਾ ਰਸਾਲੂ, ਕਾਗਰ ਕਰੇ ਖੋਜਤ ਪਾ ਲਾਲੂ। ਭਾਈ ਬਾਲਾ ਜੀ ਦੀ ਗਿਰਾ ਬਾਣੀ ਜਿਹੜੀ ਹੈ ਰਸਾਲੂ, ਰਸ ਆਲੂ ਰਸਾਂ ਦਾ ਘਰ, ਮਿਠਾਸ ਭਰੀ ਨਿਮਰਤਾ ਵਾਲੀ ਸੁਣ ਕੇ ਜੋ ਲਾਲ ਚੰਦ ਜੀ ਸਨ, ਕਾਗਰ ਗ੍ਰਹਿ ਖੋਜਤ ਪਾ, ਉਹ ਜਿੱਥੇ ਕਾਗਜ਼ ਰੱਖੇ ਸੀ ਉੱਥੇ ਖੋਜ ਸ਼ੁਰੂ ਕੀਤੀ। ਖੋਜਤ ਖੋਜਤ ਪੱਤਰੀ ਜਬ ਹੀ ਦਿਵਸ ਪੰਜਵੇਂ ਪਾਈ ਤਬ ਹੀ। ਇਹ ਪੱਤਰੀ ਉਹ ਕਾਗਜ਼ਾਂ ਚ ਖੋਜਦਿਆਂ ਪੰਜ ਦਿਨ ਲੱਗੇ, ਇੰਨਾ ਕਾਗਜ਼ ਪਿਆ ਸੀ ਪਟਵਾਰਖਾਨੇ ਦਾ, ਬਹੁਤ ਸਾਰੇ ਕਾਗਜ਼ ਹੋਰ ਵੀ ਪਏ ਸਨ। ਪੰਜਵੇਂ ਦਿਨ ਜਾ ਕੇ ਫਿਰ ਇਹ ਜਿਹੜੀ ਪੱਤਰੀ ਸੀ ਇਹ ਪ੍ਰਾਪਤ ਹੋਈ। ਦੀਨੀ ਲਾਲੂ ਨਾ ਕਰ ਬਾਲਾ, ਤਾਹੇ ਦਈ ਕਰ ਪੰਨੂ ਲਾਲਾ। ਸੋ ਉਸ ਵਕਤ ਬਾਬਾ ਲਾਲ ਚੰਦ ਜੀ ਨੇ ਭਾਈ ਬਾਲੇ ਜੀ ਨੂੰ ਇਹ ਪੱਤਰੀ ਦੇ ਦਿੱਤੀ। ਉਹਨਾਂ ਨੇ ਅੱਗੇ ਜਿਹੜਾ ਭਾਈ ਪੰਨੂ ਲਾਲਾ ਕਾਵਿ ਰਚਨਾ ਵਿੱਚ ਹੁਣ ਉੱਥੇ ਜੋੜਨਾ ਸੀ ਅੱਖਰ, ਇਸ ਕਰਕੇ ਵੈਸੇ ਲਾਲਾ ਪੰਨੂ ਪਹਿਲਾਂ ਲਿਖਿਆ ਸੀ, ਹੁਣ ਬਾਲਾ ਨਾਲ ਲਾਲਾ ਜੋੜਨਾ ਸੀ, ਇਸ ਕਰਕੇ ਤਾਹੇ ਦਈ ਕਰ ਪੰਨੂ ਲਾਲਾ। ਕਾਵਿ ਰਚਨਾ ਤੋਂ ਵਾਰਤਕ ਵਿੱਚ ਇਹਨੇ ਉਲਟ ਕੇ ਭਾਈ ਲਾਲਾ ਪੰਨੂ ਬਣ ਜਾਣਾ। ਲੇ ਪੰਨੂ ਪੁਨ ਬਚਨ ਉਚਾਰੇ, ਬਾਲੇ ਚਲੀਏ ਸੰਗ ਵਾਰੇ। ਉਸ ਵਕਤ ਭਾਈ ਲਾਲਾ ਪੰਨੂ ਜੀ ਨੇ ਲੈ ਕੇ ਬਚਨ ਕੀਤੇ, ਬਾਲੇ ਚਲੀਏ ਸੰਗ ਹਮਾਰੇ, ਭਾਈ ਬਾਲਾ ਜੀ ਹੁਣ ਸਾਡੇ ਨਾਲ ਤੁਸੀਂ ਚੱਲੋ। ਹੇਰਾ ਗੁਰ ਉਰ ਅਰਖ ਅਪਾਰਾ, ਪਰਮ ਪ੍ਰਸਿੱਧ ਪਰ ਉਪਕਾਰਾ। ਜਦੋਂ ਦੇਖਣਗੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹ ਜੋ ਜਨਮ ਪੱਤਰੀ ਆ, ਦਰਸ਼ਨ ਕਰਨਗੇ ਬਹੁਤ ਖੁਸ਼ ਹੋਣਗੇ ਦੇਖ ਕਰਕੇ। ਸਿੱਖੀ ਭਾਵਨਾ ਦੀ ਹੈ ਬਸ, ਹੋਰ ਇਹਦੇ 'ਚ ਉਹ ਜਿਹੜੀਆਂ ਅੱਜ ਕੱਲ੍ਹ ਉਹ ਮਰਿਆਦਾਵਾਂ ਜਿਹੀਆਂ ਜਾਂ ਕੱਟੜਪੁਣਾ ਜਾਂ ਹੋਰ, ਇਹ ਉਹ ਨਹੀਂ ਚੱਲਦਾ। ਭਾਵਨਾ ਮੇਨ ਹੁੰਦੀ ਹੈ, ਕਿੰਨੀ ਭਾਵਨਾ ਦਿਲ ਦੇ ਅੰਦਰ ਦੀ ਭਾਵਨਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇਖਦੇ ਨੇ ਕਿ ਇਹ ਸਿੱਖ ਦੀ ਕਿੰਨੀ ਭਾਵਨਾ, ਮਨ ਦੇ ਅੰਦਰ ਕਿੰਨਾ ਪ੍ਰੇਮ ਹੈ ਇਹਦਾ। ਸੁਣ ਸਰੋਜਨ ਮਨ ਮੈਂ ਅਨਮਾਨੀ, ਬਾਣੀ ਅੰਤ ਸੁਖਨ ਮਮ ਸਾਨੀ। ਸੋ ਸੁਣ ਕਰਕੇ ਇਹ ਬਚਨ ਜੋ ਮਨ ਦੇ ਅੰਦਰ ਅਨਮਾਨੀ ਹੁੰਦਾ ਵਿਚਾਰ ਕੀਤੀ ਹੈ। ਗਮਨੇ ਜੁਗਲ ਸੰਗ ਮਗ ਮਾਹੀ, ਬਾਲਾ ਪੁਨ ਪੰਨੂ ਦਿਸ ਤਾਹੀ। ਸੋ ਚੱਲੇ ਹਨ ਜੁਗਲ, ਗਵਨੇ ਚੱਲੇ ਜੁਗਲ ਦੋਨੋ ਸੰਗ ਮਗ ਮਾਹੀ,
रास्ते दे विच दोनों जाने चले हन कौन बाला पुन पन्नू दिस्तां काव्य रचना विच कई अखर छड्ड दिंदे ने उहदे विच फिर आपां पूर्ति करनी है भाई बाला जी भाई लाला पन्नू जी गुरसिख दोवें जा रहे ने दोहरा लालू चलते हो मिल तबै पैसे पंज नरेल उन भाई लालू जी उस वक्त चाचा लाल चंद जी कहते आ खड़ जो मेरे वालों भी हम भेटा ले जाओ उन्होंने भी पंज पैसे ते नालगेर दिता उधर वास हजूर साहब हुण भी रिवाज है कहते जाओ उन्होंने बाहरों कह दो मैं अरदास करवानी है कि वह प्रसाद मैनू अंदरला दे दो वो थानू कुछ पतासे ते एक नारियल देणगे अदे अगे जा के अरदासी नू फड़ा दे भी ये मेरी अरदास कर दो हाजरी लवा दो साडी हमेशा तख्त साहब ते केसी इशनान करके नवे बस्त्र पहन के जाए ये नहीं दगड़ दगड़ करते ट्रेन चो उतरे ते जा के सीधे तख्त साहब ते पहुंच बहुत पवित्र स्थान चार जगह साडियां श्री हेमकुंड साहब श्री हजूर साहब श्री आनंदपुर साहब श्री मुक्तसर साहब ये चार थावां दे उत्ते शहीदां दीआं छावणियां ने जिहड़ियां गुप्त रूप विच ने किसे नूं नज़र नहीं आउंदियां पर फीलिंग आउंदी है हजूर साहब जाओ तुसीं उड्डे फिरोंगे शरीर नूं कोई कष्ट नहीं हाजमा दुरुस्त आनंदमई मन बन जांदा ਉੱਥੇ ਫੌਜਾਂ ਦੇ ਹੋਣ ਦਾ ਸੰਕੇਤ ਮਿਲਦਾ ਜਿਨ੍ਹਾਂ ਤੇ ਕਿਰਪਾ ਹੈ ਉਹਨਾਂ ਨੂੰ ਸਾਹਮਣੇ ਨਜ਼ਰ ਆਉਂਦੇ ਨੇ ਜਿਨ੍ਹਾਂ ਤੇ ਨਹੀਂ ਕਿਰਪਾ ਉਹਨਾਂ ਨੂੰ ਫੀਲਿੰਗ ਆਉਂਦੀ ਆ ਸ਼ਰਧਾ ਭਾਵਨਾ ਦੇ ਨਾਲ ਜਾਓ ਜਦੋਂ ਪਹਿਲੀ ਵਾਰ ਅਸੀਂ ਹਜ਼ੂਰ ਸਾਹਿਬ ਗਏ ਸੀ ਟਕਸਾਲ ਦੇ ਨਾਲ ਸੀ ਜਥਾ ਸਾਰਾ ਨਾਗਪੁਰ ਜਾ ਕੇ ਠਹਿਰੇ 3 ਕੁ ਦਿਨ ਉੱਥੋਂ ਫਿਰ ਅੱਗੇ ਸਿੱਧੇ ਹਜ਼ੂਰ ਸਾਹਿਬ ਜਾਣਾ ਸੀ ਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਰਾਤ ਨੂੰ ਸਾਰਾ ਜਥਾ ਬਿਠਾ ਕੇ ਕਿਹਾ ਦੇਖੋ ਭਾਈ ਸਿੰਘੋ ਉੱਥੇ ਸ਼ਰਧਾ ਲੈ ਕੇ ਜਾਣਾ ਤੇ ਸ਼ਰਧਾ ਹੀ ਝੋਲੀ 'ਚ ਪਾ ਲਿਆਇਓ ਇੱਧਰ ਉੱਧਰ ਨਹੀਂ ਦੇਖਣਾ ਜੇ ਕੋਈ ਕਰੋਗੇ ਨਫ਼ਰਤ ਕੋਈ ਕਿੰਤੂ ਪ੍ਰੰਤੂ ਫਿਰ ਤੁਹਾਡੇ ਪੱਲੇ ਨਫ਼ਰਤ ਹੀ ਪੈ ਜਾਵੇਗੀ ਤੇ ਕਿੰਤੂ ਪ੍ਰੰਤੂ ਪੈ ਜਾਏਗਾ ਇਸ ਕਰਕੇ ਉੱਥੇ ਜਾ ਕੇ ਕਿਸੇ ਪ੍ਰਕਾਰ ਦੀ ਕੋਈ ਸੋਚ ਨਹੀਂ ਰੱਖਣੀ ਜੋ ਹੈ ਉਹ ਮਹਾਰਾਜ ਨੂੰ ਵੀ ਦੇਖਦਾ ਹੀ ਹੈ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਜ਼ਿਆਦਾ ਦਿਖਦਾ ਉਹਨਾਂ ਨੂੰ ਵੀ ਦਿਖਦਾ ਜੇ ਕੋਈ ਵੀ ਗੱਲ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ 'ਚ ਹੀ ਹੁੰਦੀ ਹੈ ਬਹੁਤ ਗੱਲਾਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਆਪਾਂ ਤਾਂ ਸੋਚਦੇ ਹੋਣ ਦੀ ਮਹਾਰਾਜ ਸੋਚਦੇ ਨੇ ਕਈ ਕਰੋੜਾਂ ਅਰਬਾਂ ਸਾਲਾਂ ਤੱਕ ਕਿਸੇ ਗੱਲ ਨੂੰ ਵੀ ਆਹ ਬੰਦੇ ਨੂੰ ਕਿੰਨੇ ਜਨਮ ਦੇਣੇ ਨੇ ਸਤਿਗੁਰੂ ਜੀ ਦੇ ਸਿਸਟਮ ਹੋਰ ਅਲੱਗ ਨੇ ਉੱਥੋਂ ਦੇ ਹਿਸਾਬ ਕਿਤਾਬ ਹੋਰ ਨੇ ਇੱਥੋਂ ਦੇ ਹਿਸਾਬ ਕਿਤਾਬ ਹੋਰ ਨੇ ਇਹ ਸਮਝਦਿਆਂ ਸਮਝਦਿਆਂ ਸਾਰੀ ਜ਼ਿੰਦਗੀ ਕਿਹਾ ਕਈ ਜਨਮ ਵੀ ਲੱਗ ਜਾਣਗੇ ਨਾ ਤਾਂ ਵੀ ਨਹੀਂ ਸਮਝ ਸਕਦੇ ਆਪਾਂ ਇਸ ਕਰਕੇ ਇੱਥੇ ਤਾਂ ਬਸ ਚੁੱਪ ਕਰਕੇ ਹੱਥ ਜੋੜ ਕੇ ਖੜਨਾ ਹੀ ਚੰਗਾ ਹੈ ਦੋਨੇ ਜਾਣੇ ਚੱਲੇ ਹਨ ਆਪਣੇ ਦਿਸਤੇ ਭੇਟ ਦੇ ਬੋਲੋ ਮੁਖ ਤੇ ਫੇਰ ਪੰਜ ਪੈਸੇ ਨਾਲੀਏ ਦਿੱਤਾ ਆਪਣੀ ਦਿਸਤੇ ਭੇਟ ਦੀ ਭੇਟਾ ਦਿੱਤੀ ਆਪਣੇ ਦਿਸ਼ੋਂ ਆਪਣੇ ਵੱਲੋਂ ਫੇਰ ਮੁੱਖ ਚੋਂ ਇਹ ਬਚਨ ਕਿਹਾ ਸੋ ਪਈ ਹਮਰੇ ਦਿਸਤੇ ਦਿਓ ਸੰਦੇਸਾ ਸ਼੍ਰੀ ਅੰਗਦ ਜਿਸ ਦੋਸ਼ ਨਾ ਲੈ ਸਾਡੇ ਵੱਲੋਂ ਜਾ ਕਰਕੇ ਤੁਸੀਂ ਸੰਦੇਸ਼ਾ ਸੁਨੇਹਾ ਦੇਣਾ ਉਹਨਾਂ ਨੂੰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਵਿੱਚ ਲੇਸ਼ ਮਾਤਰ ਦੋਸ਼ ਨਹੀਂ ਮਾਇਆ ਹੀ ਨਹੀਂ ਹੈਗੀ ਜਦ ਵਿੱਚ ਮਾਇਆ ਕਰਕੇ ਸਾਰਾ ਕੁਛ ਸਤਿਗੁਰੂ ਜੀ ਸ਼ੁੱਧ ਸਰੂਪ ਨੇ ਚਰਨਾਂ ਤੋਂ ਲੈ ਕੇ ਸੀਸ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਆਪ ਬ੍ਰਹਮ ਹਨ ਸ੍ਰੀ ਚੰਦ ਜੇ ਰਿਸ ਕੋ ਧਰੈ ਸ਼ਿਮਾ ਧਰਤ ਜੋ ਤੇ ਪਰ ਕਰੈ ਸੋ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਇਹ ਸੁਨੇਹਾ ਭੇਜਿਆ ਚਾਚਾ ਲਾਲ ਚੰਦ ਜੀ ਨੇ ਕਿ ਜੇ ਬੇਟਾ ਸ਼੍ਰੀ ਚੰਦ ਕੋਈ ਗੁੱਸਾ ਕਰਦਾ ਵੀ ਹੈ ਤਾਂ ਤੁਸੀਂ ਮਾਫ ਕਰ ਦਿਓ ਉਹਨਾਂ ਨੂੰ ਜਿਉਂ ਤੇ ਪਰ ਕਰਾਂ ਸੋ ਇਸ ਕਰਕੇ ਗੁੱਸਾ ਜੇ ਕਰਦਾ ਵੀ ਹੈ ਤੁਸੀਂ ਨਾ ਕਰਿਓ ਉਹਨੂੰ ਮਾਫ ਕਰ ਦਿਓ ਬੱਚੇ ਆ ਛੋਟੇ ਆ ਸਮਝ ਨਹੀਂ ਹੈ ਹਲੇ ਇਸ ਕਰਕੇ ਉਹਨਾਂ ਨੂੰ ਮਾਫੀ ਦਿਓ ਬਾਲੇ ਬਹੁਰੋ ਬਚਨ ਉਚਾਰਾ ਸ਼੍ਰੀ ਅੰਗਦ ਨਾਨਕ ਅਵਤਾਰਾ ਭਾਈ ਬਾਲਾ ਜੀ ਨੇ ਬਚਨ ਕੀਤਾ ਉਚਾਰਨ ਕੀਤਾ ਕਿ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਹੀ ਅਵਤਾਰ ਹਨ ਇਹਨੂੰ ਕਹਿੰਦੇ ਅਵਤਾਰ ਧਾਰਨਾ ਗੁਰੂ ਨਾਨਕ ਦੇਵ ਜੀ ਆਏ ਉਹ ਨਿਰੰਕਾਰ ਦਾ ਅਵਤਾਰ ਸੀ ਇਹ ਹੁਣ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਆਏ ਨੇ ਅਵਤਾਰ ਦਾ ਅੱਖਰੀ ਅਰਥ ਹੁੰਦਾ ਅਵਤਾ ਬਿਪਤਾ ਨੂੰ ਕਹਿੰਦੇ ਨੇ
ਅਵਤਾ ਆਰ ਆਰ ਨਾਮ ਕੱਟਣ ਆਰੀ ਆਪਾਂ ਕਹਿੰਦੇ ਆਰਾ ਆਰ ਆਰੀ ਇਹ ਬਿਪਤਾ ਨੂੰ ਕੱਟਣ ਵਾਸਤੇ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਉਹੀ ਭੁਲੇਖਾ ਲੱਗ ਜਾਂਦਾ ਉਹ ਅਵਤਾਰ ਕਹਿਤਾ ਇਹ ਸਾਰੇ ਸਾਡੇ ਹਿਸਾਬ ਨਾਲ ਅਨਪੜ੍ਹ ਲੋਕ ਨੇ ਨਾ ਇੱਧਰਲਾ ਪਤਾ ਨਾ ਉੱਧਰਲਾ ਪਤਾ ਵਿਦਵਾਨ ਤਾਂ ਕੋਈ ਹੈ ਹੀ ਨਹੀਂ ਰੌਲੇ ਕੇ ਸਿੱਖ ਹੋਏਗੇ ਸੌ ਸਾਖੀ ਚ ਮਹਾਰਾਜ ਲਿਖਿਆ ਵੀ ਕੋਈ ਸਮਾਂ ਆਊਗਾ ਰੌਲੇ ਵਾਲੇ ਹੀ ਸਿੱਖ ਹੋਣਗੇ ਉਹੀ ਰੌਲਾ ਪਾਈ ਨੇ ਖਾਮ ਖਾ ਪੁਰਾਣੇ ਕਿਸੇ ਸਿੰਘ ਨੇ ਦੱਸਿਆ ਕਿਸੇ ਸਿੰਘ ਕੋਲੇ ਗੱਲ ਕੀਤੀ ਪ੍ਰਾਤਨ ਸਿੰਘ ਕਦੇ ਮਿਲ ਜਾਂਦੇ ਨੇ ਮਹਾਰਾਜ ਵੇਲੇ ਦੇ ਉਹ ਕਹਿੰਦੇ ਸਾਡੇ ਵੇਲੇ ਨਹੀਂ ਸੀ ਹੁੰਦਾ ਕਿ ਜੋ ਕੋਈ ਮਸਲਾ ਹੁੰਦਾ ਸੀ ਜੇ ਸੁਲੀ ਨੇ ਚੜ੍ਹ ਕੇ ਆਉਣਾ ਸੀ ਸਤਿਗੁਰਾਂ ਨੇ ਕਿਹਾ ਸਾਰੇ ਬਹਿ ਜਾਓ ਪਾਠ ਕਰਨ ਪੂਰੀ ਸੰਗਤ ਪਾਠ ਕਰਨ ਬੈਠ ਗਈ ਸਾਰੀ ਸੰਗਤ ਪਾਠ ਕਰਨ ਬੈਠ ਗਈ ਤਾਂ ਉਹ ਪਾਠ ਕਰਦਿਆਂ ਕਰਦਿਆਂ ਸਾਰਾ ਮਸਲਾ ਹੀ ਠੀਕ ਹੋ ਜਾਂਦਾ ਇਹ ਜੇ ਤਾਂ ਮਸਲਾ ਠੀਕ ਕਰਨਾ ਕੌਮ ਨੇ ਤਾਂ ਕਰੋ ਪਾਠ ਫਿਰ ਤਾਂ ਹੁਣ ਥਾਂ ਥਾਂ ਅਖੰਡ ਪਾਠ ਸਾਹਿਬ ਫਿਰ ਤਾਂ ਕਰੋ ਜਪਜੀ ਸਾਹਿਬ ਦੇ ਪਾਠ ਚੌਪੀ ਸਾਹਿਬ ਤੇ ਜੇ ਇਕੱਲਾ ਉਹ ਤਮਾਸ਼ਾ ਹੀ ਦੇਖਣਾ ਰੌਲਾ ਪਾਉਣਾ ਫਿਰ ਸਾਰੇ ਪਾਈ ਜਾਓ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸੁਣਾਈਆਂ ਵੀ ਤੁਹਾਨੂੰ ਆਹ ਇਟਲੀ ਵਾਲਾ ਆਪਣਾ ਮਸਲਾ ਹੱਲ ਹੋਇਆ 15 ਦਿਨ ਦੇ ਵਿੱਚ ਉਹ ਜਿਹੜਾ ਕਿਹਾ ਸੀ ਕੋਠੇ ਤੋਂ ਛਾਲ ਮਾਰ ਐਂ ਕਰ ਹੁਣ ਉਹ ਪਰਿਵਾਰ ਬਹੁਤ ਖੁਸ਼ ਹੈ ਕਥਾ ਵੀ ਸੁਣਦੇ ਆ ਔਰ ਡੇਲੀ ਦੇਗ ਬਣਾਈ ਉਹਨਾਂ ਨੇ 15 ਦਿਨ ਤੱਕ ਮੈਂ ਕਿਹਾ ਹੋਰ ਹਫ਼ਤਾ ਬਣਾ ਲਓ ਕਹਿੰਦੇ ਹੁਣ ਬਿਲਕੁਲ ਆਨੰਦ ਬਣ ਗਿਆ ਘਰ ਦੇ ਵਿੱਚ ਔਰ ਇੱਕ ਸਿੰਘ ਦਾ ਕਲਕੱਤੇ ਵਾਲੇ ਦਾ ਦੱਸਿਆ ਸੀ ਵੀ ਇਹਦਾ ਆਫੀਸਰ ਨੂੰ ਸ਼ਿਕਾਇਤ ਕਰਤੀ ਫਿਰ ਉਹ ਕਹਿੰਦਾ ਕੱਲ੍ਹ ਸਸਪੈਂਡ ਕਰੇਗਾ ਆਫੀਸਰ ਨੇ ਆ ਕੇ ਪ੍ਰਮੋਸ਼ਨ ਦੇ ਦਿੱਤੀ ਇੱਕ ਇੱਥੇ ਵੀ ਹੋਇਆ ਗੌਤਮ ਪਟਿਆਲੇ ਆ ਦੁੱਖ ਦਿਵਾਨ ਸਾਹਿਬ ਕੋਈ ਬਾਹਰੋਂ ਆਏ ਹੋਏ ਨੇ ਤਾਂ ਉਹ ਹੈ ਬਾਹਰਲੀ ਆ ਬੀਬੀ ਉਹ ਕਹਿੰਦੇ 3 ਦਿਨ ਤੋਂ ਬਾਅਦ ਕਮਰਾ ਵੱਧ ਨਹੀਂ ਦੇਣਾ ਅਸੀਂ ਉਹ ਕਹਿੰਦੇ ਵੀ ਸਾਰੀ ਰਾਤ ਬ੍ਰਹਮ ਕਬਜ ਕਰਦੀ ਸਵੇਰ ਨੂੰ ਕਹਿੰਦੇ ਆਓ ਵਧੀਆ ਕਮਰਾ ਵੀ ਦੇਤਾ ਤੇ 6 ਮਹੀਨੇ ਲਈ ਦੇਤਾ ਜਿੱਥੇ ਕਹਿੰਦੇ ਸੀ 3 ਦਿਨ ਨਹੀਂ ਰੱਖਣਾ ਉਹ ਫੌਜਾਂ ਹਾਜ਼ਰ ਹੋ ਗਈਆਂ ਉਹ ਤੇ ਫੜ ਕੇ ਦਿਮਾਗ ਐਂ ਘੁਮਾ ਦੇਣ ਬੰਦੇ ਦਾ ਬਸ ਹੈਰਾਨ ਹੀ ਰਹਿ ਜਾਈਦਾ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕ ਦਿਨ ਹਨੇਰੀ ਆਈ ਸੀ ਹੋ ਗਿਆ ਮੇਰਾ ਖਿਆਲ ਸਾਲਕ ਦੀ ਗੱਲ ਹੈ ਉਹ ਜਿਹੜਾ ਉੱਪਰ ਨਿਸ਼ਾਨ ਸਾਹਿਬ ਲੱਗਿਆ ਉਹ ਐਂ ਡਿੱਗ ਪਿਆ ਉਹ ਜੰਗਾਲ ਦਾ ਖਾਧਾ ਗਿਆ ਕਿਸੇ ਸਿੰਘ ਨੂੰ ਫੌਜਾਂ ਨੇ ਭਜਾਇਆ ਵੀ ਉਹ ਉੱਡ ਫਟਾਫਟ ਨਿਸ਼ਾਨ ਸਾਹਿਬ ਡਿੱਗ ਪਿਆ ਕਿਸੇ ਨੂੰ ਪਤਾ ਰਾਤ ਨੂੰ ਹਨੇਰੀ ਆਈ ਉਹ ਜਾ ਕੇ ਉੱਥੇ ਜਦੋਂ ਪਹੁੰਚੇ ਦੂਜੇ ਦਿਨ ਨਿਸ਼ਾਨ ਸਾਹਿਬ ਤਿਆਰ ਕਰਵਾਇਆ ਉਹ ਉਹਨਾਂ ਨੂੰ ਕਹਿਣ ਵੀ ਉਹ ਨਿਸ਼ਾਨ ਸਾਹਿਬ ਆਪਾਂ ਅੱਜ ਬਦਲ ਦੇਣਾ ਤੇ ਉਹ ਨਵਾਂ ਲਵਾਉਣਾ ਉਹ ਕਹਿੰਦੇ ਦੇਖਾਂਗੇ ਸੋਚਾਂਗੇ ਵਿਚਾਰਾਂਗੇ ਉਹ ਥੱਲੇ ਆ ਗਿਆ ਫੌਜਾਂ ਕਹਿੰਦੀਆਂ ਕੀ ਹੋਇਆ ਕਹਿੰਦੇ ਉਹ ਤਾਂ ਮੰਨਦੇ ਹੀ ਨਹੀਂ ਹੈ ਕਹਿੰਦੇ ਜਾ ਹੁਣ ਮੰਨਣਗੇ ਜਾ ਜਾਂਦਿਆ ਸਰ ਉਹ ਫਿਰ ਕਹਿੰਦਾ ਉਹ ਨਿਸ਼ਾਨ ਸਾਹਿਬ ਲਾਉਣਾ ਉਹ ਆਪ ਤੁਰ ਪਿਆ ਉੱਠ ਕੇ ਕਹਿੰਦਾ ਚਲੋ ਜੀ ਚਲੋ ਕਿੱਥੇ ਲਾਉਣਾ ਅਸੀਂ ਨਾਲ ਚੱਲਦੇ ਹਾਂ ਸਾਰੇ ਸਾਰੇ ਨਾਲ ਲੱਗ ਗਏ ਤਾਂ ਮਿੰਟ ਦੇ ਮਿੰਟ ਤਾਂ ਬਹੁਤ ਹੈ ਸਕਿੰਟਾਂ ਵਿੱਚ ਚੱਕਰੀ ਘੁੰਮਦੀ ਜੇ ਘੁਮਾਉਣੀ ਹੋਵੇ ਤਾਂ ਇਹ ਤਾਂ ਜਿਹੜੀ ਸੱਚੀ ਸਰਕਾਰ ਆ ਨਾ ਸਰਵ ਵਿਆਪਕ ਅਕਾਲ ਪੁਰਖ ਦੀ ਗੁਰੂ ਗ੍ਰੰਥ ਸਾਹਿਬ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਸਿੱਖ ਦੇ ਕੰਮ ਕਿਉਂ ਨਹੀਂ ਹੋਣਗੇ ਜਦੋਂ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਡਿਊਟੀ ਕਰ ਬਹੁਤ ਲੋਕਾਂ ਨੇ ਆ ਕੇ ਦੱਸਣ ਬੜੇ ਕੌਤਕ ਹੁੰਦੇ ਉਹ ਕੋਈ ਬਿਜਲੀ ਬੋਰਡ ਦੇ ਵਿੱਚ ਸੀ ਉਹ ਕਹਿੰਦਾ ਵੀ ਇੱਕ ਸੰਕਟ ਪੈ ਗਿਆ ਕਹਿੰਦਾ ਉੱਥੇ ਹੀ ਮੈਂ ਦਫ਼ਤਰ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਲਈ ਜੋੜਾ ਲਾਇਆ ਅਰਦਾਸ ਕੀਤੀ ਕਹਿੰਦਾ 5 ਮਿੰਟ ਵੀ ਨਹੀਂ ਹੋਏ ਸਾਰਾ ਕੰਮ ਫਿਰ ਸੈੱਟ ਹੋ ਗਿਆ ਮਹਾਰਾਜ ਨੇ ਕਿਰਪਾ ਕਰਤੀ ਗੁਰੂ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਾਵੈ ਤਾਏ ਸਭ ਥਾਂ ਹੀ ਹੋਏ ਇੱਕ ਵਿਸ਼ਵਾਸ ਦੀ ਗੱਲ ਸਤਿਗੁਰੂ ਜੀ ਹੁਣ ਵੀ ਵਿਸ਼ਵਾਸ ਦੇ ਨਾਲ ਕਿਰਪਾ ਕਰਦੇ ਹਨ ਪੰਚ ਦੁਖ ਨੈ ਤਿਨ ਮੈਂ ਪਾਵੈ ਨਿਕਟ ਤਰਨ ਜੋ ਤਿਮਰ ਨ ਆਵੈ ਪੰਚ ਦੁਖ ਤਾਂ ਉਹਨਾਂ ਦੇ ਵਿੱਚ ਹੈ ਹੀ ਨਹੀਂ ਸਾਰੇ ਲਾ ਲਓ ਕੋਈ ਚੀਜ਼ ਪੰਜ ਕਈ ਨੇ ਇਹ ਸ਼ਬਦ ਸਪਰਸ਼ ਰਸ ਰੂਪ ਗੰਧ ਕਾਮ ਕਰੋ ਲੋਭ ਹੰਕਾਰ ਹੋ ਬਹੁਤ ਪੰਜ ਆਉਂਦੀ ਹੈ ਨਿਕਟ ਤਰਨ ਜੋ ਤਿਮਰ ਨ ਆਵੈ ਕਹਿੰਦੇ ਜਿਵੇਂ ਸੂਰਜ ਦੇ ਨੇੜੇ ਕਦੇ ਹਨੇਰਾ ਦੇਖਿਆ ਸੂਰਜ ਦੇ ਨੇੜੇ ਕਦੇ ਹਨੇਰਾ ਨਹੀਂ ਆ ਸਕਦਾ ਇਸ ਤਰ੍ਹਾਂ ਸਤਿਗੁਰੂ ਜੀ ਦੇ ਨੇੜੇ ਕਦੇ ਵੀ ਇਹ ਚੀਜ਼ਾਂ ਨਹੀਂ ਆ ਸਕਦੀਆਂ ਸਮ ਦਮ ਸੋ ਤਨ ਗਿਆਨ ਸੁਹਾਵੈ ਆਤਪ ਭਗਤ ਜਗਤ ਵਿਦਤਾਵੈ ਕਿਉਂਕਿ ਸਮ ਹੁੰਦਾ ਸਤਿਗੁਰੂ ਮਹਾਰਾਜ ਨੇ ਮਨ ਦੇ ਉੱਤੇ ਪੂਰਾ ਕੰਟਰੋਲ ਹੈ ਪੰਜ ਦੁੱਖ ਤੋਂ ਵਸ ਕੀਤੇ ਕਾਲ ਕੰਟਕ ਮਾਰਿਆ ਮਨ ਨੂੰ ਕਾਬੂ ਕਰਕੇ ਰੱਖਿਆ ਦਮ ਇੰਦਰੀਆਂ ਵਸ ਵਿੱਚ ਨੇ ਸੋ ਤਨ ਇਸ ਕਰਕੇ ਸਮ ਦਮ ਸੋ ਤਨ ਗਿਆਨ ਸੁਹਾਵਾ ਸੁਹਾਵਾ ਤੇ ਇਸ ਕਰਕੇ ਕਹਿੰਦੇ ਨੇ ਜਿਹੜਾ ਸਰੀਰ ਹੈ ਉਹ ਗਿਆਨ ਦੇ ਕਰਕੇ ਸੋਭਨੀਕ ਹੋ ਰਿਹਾ
ਉੱਥੇ ਇਹੀ ਜਿਹੀ ਕੋਈ ਚੀਜ਼ ਨਹੀਂ। ਇਹ ਇੱਕ ਚੀਜ਼ ਦਾ ਮੈਂ ਘਾਟ ਦੇਖੀ ਬਹੁਤ ਜਿਹੜੀ ਅੱਜ ਦੇ ਸਮੇਂ ਵਿੱਚ। ਹੁਣ ਲੋਕ ਵਿਕਾਰੀ ਜ਼ਿਆਦਾ ਨੇ, ਵਿਸ਼ੇ ਵਿਕਾਰ ਇੰਨੇ ਭੋਗਦੇ ਨੇ, ਮਾੜੇ ਪਾਸੇ ਖਿਆਲ ਜਾਂਦੇ ਨੇ। ਉਹ ਚੰਗੇ ਭਲੇ ਚ ਬ੍ਰਹਮ ਗਿਆਨੀ ਵੀ ਤੁਰਿਆ ਜਾਂਦਾ, ਉਹ ਬ੍ਰਹਮ ਗਿਆਨੀ ਤਾਂ ਕੁਛ ਹੋਰ ਦੇਖਦਾ ਹੁੰਦਾ, ਉਹ ਲੋਕ ਉਹਨੂੰ ਵੀ ਕਹਿਣਗੇ ਉਹ ਖਾਲੀ ਕੁੜੀਆਂ ਲਈ ਦੇਖਦਾ, ਪਤਾ ਨਹੀਂ ਉਹ ਪੈਸਿਆਂ ਤੇ ਹੀ ਨਿਗਾਹ। ਉਹ ਭਗਤ ਕਬੀਰ ਜੀ ਬੈਠੇ ਸੀ ਇੱਕ ਵਾਰ, ਜੱਟ ਬੈਠਾ ਘੋਲੇ ਤੇ ਖੇਤਾਂ ਚ ਆਰਾਮ ਕਰਨ ਬੈਠ ਗਏ। ਜੱਟ ਨੇ ਕੋਧਰਾ ਸੁੱਕਣਾ ਪਾਇਆ ਹੋਇਆ ਸੀ, ਕੋਧਰਾ ਫਾਲਤੂ ਜੀ ਚੀਜ਼ ਦਾ ਆਟਾ ਬਣਦਾ, ਕੰਡਾ ਜਿਹਾ ਹੁੰਦਾ, ਤਿੰਨ ਕੰਡੇ ਚ ਲੱਗੇ ਹੁੰਦੇ। ਉਹ ਹੰਸ ਆ ਕੇ ਬੈਠ ਗਿਆ ਉੱਥੇ ਕੁਦਰਤੀ ਛਾਂ ਚ ਆਰਾਮ ਕਰਨ ਦੂਰ। ਉਹ ਜ਼ਿਮੀਦਾਰ ਸੋਟੀ ਲੈ ਕੇ ਦੌੜਿਆ, ਕਹਿੰਦਾ ਮੈਨੂੰ ਉਡਾਇਆ ਮੈਂ। ਕਬੀਰ ਜੀ ਕਹਿੰਦੇ ਉਰੇ ਆ, ਗੱਲ ਸੁਣ ਗੱਲ, ਉਹ ਹੰਸ ਹੈ, ਤੂੰ ਕਹਿੰਦਾ ਇਹ ਕੋਧਰਾ ਖਾਊਗਾ, ਇਹ ਪਛਾਣਦਾ ਵੀ ਨਹੀਂ, ਇਹ ਤਾਂ ਹੀਰਾ ਮੋਤੀ ਚੁਗਣ ਵਾਲੀ ਚੀਜ਼ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਤੇ ਬਿਰਤੀ ਬਹੁਤ ਉੱਪਰ ਹੋ, ਜਿਨ੍ਹਾਂ ਨੂੰ ਜੋਤ ਹੀ ਦਿਸਦੀ ਸਾਰਿਆਂ ਦੇ ਵਿੱਚ, ਜੋ ਸਭਨਾਂ ਦਾ ਭਲਾ ਕਰਦੇ ਹਨ। ਪੱਤਰੇ ਲੈ ਚੱਲੇ ਤਤਕਾਲਾ ਜੈ ਖਡੂਰ ਮੈਂ ਗੁਰੂ ਕਿਰਪਾਲਾ। ਕਹਿੰਦੇ ਨੇ ਉਸ ਵਕਤ ਜਿਹੜੀ ਪਿਛਲੀ ਪੰਕਤੀ ਕਿ ਆਤ ਭਗਤ ਜਗਤ ਵਿਦਤਾਵ ਹੈ, ਇਹ ਜਿਹੜੀ ਸੰਸਾਰ ਦੇ ਸਤਿਗੁਰੂ ਸੱਚੇ ਪਾਤਸ਼ਾਹ ਭਗਤੀ ਰੂਪੀ ਧੁੱਪ ਜਿਹੜੀ ਹੈ ਇਹ ਸੰਸਾਰ ਦੇ ਵਿੱਚ ਪ੍ਰਗਟਾਉਂਦੇ ਨੇ। ਪੱਤਰੀ ਲੈ ਕਰ ਚੱਲੇ ਤਤਕਾਲਾ, ਛੇਤੀ ਦੇ ਨਾਲ ਪੱਤਰੀ ਲੈ ਕਰਕੇ ਜੈ ਖਡੂਰ ਮੈਂ ਗੁਰੂ ਕਿਰਪਾਲਾ, ਜਿੱਥੇ ਖਡੂਰ ਸਾਹਿਬ ਦੇ ਵਿੱਚ ਕਿਰਪਾਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ। ਦੋਹਰਾ ਵੈਸੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ, ਰਾਜ ਹੀ ਤੋਂ ਭਾਵ ਸੋਭਨੀਕ ਹੋ ਰਹੇ ਬੈਠੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਚਰਨਾਂ ਕਮਲਾਂ ਪਰ ਜਾ ਕਰਕੇ ਮੱਥਾ ਟੇਕਿਆ। ਜਿਨ੍ਹਾਂ ਨੇ ਵਿਦਿਆਰਥੀਆਂ ਨੇ ਦੇਖਣੇ ਉਹ ਥੱਲੇ ਪਾਦਾਰਥ ਲਿਖੇ ਹੋਏ ਨੇ, ਕਿਉਂਕਿ ਮੈਂ ਥੋੜਾ ਥੋੜਾ ਵੈਸੀ ਹਲੇ ਬੋਲ ਰਿਹਾ। ਇਹ ਸਿੱਧੇ ਹੀ ਅਰਥ ਜੇ ਸ਼ੁਰੂ ਕਰਦੇ ਹਾਂ, ਜੇ ਕੋਈ ਪੁੱਛਣਾ ਹੋਊਗਾ ਤਾਂ ਫਿਰ ਆਪਣੇ ਆਪ ਪੁੱਛ ਲਓ ਵੀ ਇਹਦਾ ਭਾਵ ਅਰਥ ਕੀ ਹੈ। ਇਸ ਕਰਕੇ ਦੋਨਾਂ ਚਰਨਾਂ ਤੇ ਜਾ ਕਰਕੇ ਮੱਥਾ ਟੇਕਿਆ। ਹਿਰਦੇ ਪ੍ਰਸਿੱਧੇ ਸਤਿਗੁਰੂ ਕਹਿਰੈ ਚਿੱਤ ਗੋਬਿੰਦ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਿਰਦੇ ਦੇ ਵਿੱਚ ਮਨ ਦੇ ਅੰਦਰ ਬਹੁਤ ਪ੍ਰਸੰਨ ਹੋਏ। ਕੀ ਕਹਿੰਦੇ ਨੇ ਕਿ ਰਹਿ ਚਿੱਤ ਗੋਬਿੰਦ, ਭਾਈ ਤੁਹਾਨੂੰ ਹਮੇਸ਼ਾ ਵਾਹਿਗੁਰੂ ਚਿੱਤ ਆਵੇ, ਕਰਤਾਰ ਚਿੱਤ ਆਵੇ, ਚਿੱਤ ਚ ਗੋਬਿੰਦ ਵਸਿਆ। ਇਹ ਇੱਕ ਬੜੀ ਵੱਡੀ ਅਸੀਸ ਹੁੰਦੀ ਹੈ ਕਿ ਕਿਸੇ ਨੂੰ ਸਤਿਗੁਰੂ ਕਹਿੰਦੇ ਕਰਤਾਰ ਚਿੱਤ ਆਵੇ, ਪਰ ਇਹਦੇ ਨਾਲੋਂ ਵੱਡੀ ਕੋਈ ਅਸੀਸ ਨਹੀਂ ਹੈ। ਜੋ ਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ ਪੁੱਲ ਪੱਤਰੀ ਆਪਣੇ ਕਰ ਲੀਨੀ, ਭਾਈ ਬਾਲਾ ਜੀ ਤੇ ਬਹੁਤ ਖੁਸ਼ੀਆਂ ਕੀਤੀਆਂ, ਬਹੁਤ ਆਪਣੇ ਵਿੱਚ ਬਹੁਤ ਸਾਰੇ ਜਾਣੇ ਡੇਰਾ ਬਾਬਾ ਨਾਨਕ ਨਹੀਂ ਗਏ, ਉੱਥੇ ਗੁਰੂ ਨਾਨਕ ਸਾਹਿਬ ਦਾ ਉਹ ਚੋਲਾ ਜੋ ਮੱਕੇ ਪਾਇਆ ਸੀ ਉਹਦੇ ਉੱਤੇ ਬਹੁਤ ਸਾਰੀਆਂ ਆਇਤਾਂ ਲਿਖੀਆਂ ਹੋਈਆਂ ਨੇ ਕੁਰਾਨ ਸ਼ਰੀਫ ਦੀਆਂ, ਬਹੁਤ ਕੁਛ ਆ ਉੱਥੇ ਵੀ ਦੇਖਣ ਦਰਸ਼ਨ ਕਰਨ ਵਾਲਾ। ਇਸ ਕਰਕੇ ਉਹ ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਇੰਨੇ ਨਿਮਗਨ ਸਨ ਕਿ ਪੱਤਰੀ ਨੂੰ ਵੀ ਗੁਰੂ ਰੂਪ ਜਾਣ ਕਰਕੇ ਕਿ ਉਹਨਾਂ ਦੇ ਵਿੱਚ ਨਾਮ ਲਿਖਿਆ ਹੋਇਆ ਧੰਨ ਗੁਰੂ ਨਾਨਕ ਦੇਵ ਜੀ, ਉਹਦੇ ਵਿੱਚ ਉਹਨਾਂ ਦੇ ਸਮਾਂ ਲਿਖਿਆ ਹੋਇਆ, ਬਹੁਤ ਕੁਛ ਲਿਖਣ ਕਰਕੇ ਸੀਸ ਤੇ ਰੱਖੀ। ਭਾਉ ਬਹੁਤ ਕਰ ਉਰ ਮਹਿਲਾਈ, ਬਹੁਤ ਪ੍ਰੇਮ ਕਰ ਕਰਕੇ ਫਿਰ ਉਹਨਾਂ ਨੇ ਛਾਤੀ ਨਾਲ ਪੱਤਰੀ ਲਾਈ ਕਿ ਮੇਰੇ ਪਿਆਰੇ ਦੀ ਇਹ ਸਾਰੀ ਚੀਜ਼ ਜੋ ਮੈਨੂੰ ਚਾਹੀਦੀ ਸੀ ਇੱਕ ਮੁੱਢ ਹੈ ਜੋ ਉਹ ਮਿਲ ਗਿਆ। ਦਰਸ਼ਨ ਤੁਮ ਕਰਵਾਇਓ ਗੁਰ ਕਾ ਜਿਸ ਤੇ ਭਰਮ ਭਾਗੋ ਹੈ ਉਰ ਕਾ, ਤੁਸੀਂ ਮੈਨੂੰ ਪੱਤਰੀ ਨਹੀਂ ਗੁਰੂ ਦਾ ਦਰਸ਼ਨ ਕਰਵਾ ਦਿੱਤਾ, ਜਿਸ ਤੇ ਭਰਮ ਭਾਗੋ ਹੈ ਉਰ ਕਾ, ਔਰ ਹਿਰਦੇ ਦਾ ਭਰਮ ਜਿਹੜਾ ਸੀ ਉਹ ਦੂਰ ਹੋ ਗਿਆ ਹੈ। ਸਹਿਜ ਕਿਰਤ ਅੱਛਰ ਜਬ ਚੀਨੇ ਤਬ ਅੰਗਦ ਜੀ ਬਚਨ ਸੁਕੀਨੇ, ਜਦੋਂ ਦੇਖਿਆ ਜਿਹੜੇ ਅੱਖਰ ਨੇ ਸਹਿਜ ਕਿਰਤੀ ਦੇ ਨੇ,
जाने जदों चीने हुंदे जाने अक्षर अखर जिहड़े तब गुरु अंगद देव महाराज सच्चे पातशाह ने वचन कीता इन अक्षरन को जियो इन अक्षरन को जो जानै सो या को पढ़ अर्थ बखानै। भाई आ जे कोई संस्कृति जानदा इन अक्षरां नूं जे कोई जानदा सो या को पढ़ अर्थ बखानै वो पढ़ करके सानूं इहदे अर्थ सुणावे। गुरमुखी चाहिए करवाई पढ़ै सुनै सिख गुरमत पाई। सो गुरमुखी विच इहनूं आपां पलटा लैणे संस्कृत तों पढ़ै सुनै सिख पढ़नगे सुनगे गुरसिख गुरमत की प्राप्ति करनगे। सोरठा सतगुर कृपा दान श्री नानक जग बिदत जब। सतगुरु नानक देव महाराज सच्चे पातशाह कृपा दे खजाने जदों जग दे विच बिदत प्रगट होए जदों संगत की नबहान जाने विद्या वर्ण तब। सो महान संगत कीती विद्या नूं वर्णन करना तब जानिया उस वक्त दोहरा महिमा खैरा जट इक कै श्री अंगद पास। महिमा खैरा जट इक कह श्री अंगद पास। हुण एक होर जिमीदार उहदा इलाके खैरे जट्टां दा बहुत बोलबाला इह खैरा जट सी इहदा नां सी महिमा। हुण ते आपां दसवें पातशाह ने हुंदे फिर महिमा सिंह रख देना पहलां इस तरह ही नां लैंदे सी महिमा खैरा जट इक कह श्री अंगद गुरु देव महाराज सच्चे पातशाह दे पास कहण लग्गिया। पैड़ा मोखा खत्तरी सुल्तान है पुरबास। महाराज जी एक पैड़ा मोखा खत्तरी है सुल्तानपुर साहब ਉਹ ਬਾਸ ਕਰਦਾ ਹੈ। ਚੌਪਈ ਅੱਛਰ ਜਾਣ ਤੈ ਵਹਿਦੋ ਪੜ੍ਹ ਲਿਖ ਹੈ ਬਲਵਾਏ ਸੋ। ਮਹਾਰਾਜ ਇਹ ਸੰਸਕ੍ਰਿਤ ਦੇ ਅੱਖਰ ਪੈੜਾ ਮੁੱਖਾ ਜੀ ਜਾਣਦੇ ਆ ਉਹਨਾਂ ਨੂੰ ਆਪਾਂ ਬਲਵਾਈਏ ਉਹ ਆ ਕੇ ਜਿਹੜਾ ਹੈ ਇਸ ਨੂੰ ਇਹ ਸਾਰੇ ਨੂੰ ਇਸ ਤਰ੍ਹਾਂ ਗੁਰਮੁਖੀ ਲਿਪੀ ਵਿੱਚ ਵੀ ਲਿਖ ਦੇਣਗੇ ਵੀ ਆਪਾਂ ਸੌਖੀ ਹੋ ਜਾਏਗੀ ਪੜ੍ਹਨੀ। ਸ਼੍ਰੀ ਅੰਗਦ ਕੈ ਤੁਮ ਹੀ ਜਾਵੋ ਕਰ ਸਤਕਾਰ ਤੁਰਤ ਲੈ ਆਵੋ। ਮਹਾਰਾਜ ਕਹਿੰਦੇ ਫਿਰ ਤੂੰ ਹੀ ਜਾ ਹੁਣ ਕਿਉਂਕਿ ਤੂੰ ਜਾਣਦਾ ਪਛਾਣਦਾ ਜਾ ਕੇ ਸਤਕਾਰ ਨਾਲ ਬੇਨਤੀ ਕਰੋ ਲੈ ਕੇ ਆਓ ਭਾਈ ਨਾ ਗੁਰਸਿੱਖਾਂ ਨੂੰ। ਮਹਿਮਾ ਪੰਚੋ ਤਾਏ ਆਵਾਸਾ ਆਲਿਓ ਜਸਪਦ ਸਤਗੁਰ ਪਾਸਾ। ਭਾਈ ਮਹਿਮਾ ਜਿਹੜਾ ਸੀ ਖਹਿਰਾ ਪਹੁੰਚੋ ਤਾਏ ਆਵਾਸਾ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਸੁਲਤਾਨਪੁਰ ਸਾਹਿਬ ਪਹੁੰਚੇ ਜਾ ਕੇ ਆਨਿਓ ਜਸਪਦ ਹੁੰਦਾ ਛੇਤੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਲੈ ਆਇਆ। ਪਰਿਓ ਚਰਨ ਗੁਰ ਆਗਿਆ ਦੀਨੀ ਪੜ੍ਹੋ ਪਤਰਕਾ ਸੁਖ ਪਦ ਚੀਨੀ। ਸੋ ਉਸ ਵਕਤ ਚਰਨਾਂ ਤੇ ਆ ਕੇ ਮੱਥਾ ਟੇਕਿਆ ਗੁਰਾਂ ਨੇ ਆਗਿਆ ਕੀਤੀ ਪੜ੍ਹੋ ਪਤਰਕਾ ਸੁਖ ਪ੍ਰਭ ਚੀਨੀ। ਇਹ ਜਿਹੜੀ ਪਤਰਿਕਾ ਹੈ ਨਾ ਸੁਖ ਦੇ ਦੇਣ ਵਾਲੀ ਇਹ ਮੈਨੂੰ ਪੜ੍ਹ ਕੇ ਸੁਣਾਓ। ਕਰਮੇ ਲਹਿ ਪਤਰਿਕਾ ਬਾਚੇ ਜਨ ਬਾਣੀ ਰਸਨਾ ਪਰ ਨਾਚੇ। ਕਹਿੰਦੇ ਉਹ ਬਹੁਤ ਮਾਹਰ ਸੀ ਸੰਸਕ੍ਰਿਤ ਦਾ ਔਰ ਟਰਾਂਸਲੇਸ਼ਨ ਵੀ ਕਰਨ ਦਾ ਮਾਹਰ ਸੀ ਪੰਜਾਬੀ ਚ ਉਲਥਾ ਕਹਿੰਦੇ ਨੇ। ਤਾਂ ਕਰਮੈ ਲਈ ਪਤਰਿਕਾ ਬਾਚੀ ਉਹ ਲੈ ਕਰਕੇ ਪੱਤਰੀ ਸਾਰੀ ਬਾਚੀ ਹੁੰਦਾ ਪੜ੍ਹਨਾ ਤੇ ਜਨ ਬਾਣੀ ਰਸਨਾ ਪਰ ਨਾਚੀ ਮਾਨੋ ਸਰਸਵਤੀ ਹੀ ਉਹਦੇ ਰਸਨਾ ਦੇ ਉੱਤੇ ਨੱਚ ਰਹੀ ਹੈ ਇਤਨਾ ਸੁੰਦਰ ਸੋਹਣਾ ਉਹਨੇ। ਆਪਾਂ ਦੇਖੀਏ ਜੇ ਆਪਾਂ ਸੰਸਕ੍ਰਿਤੀ ਦਾ ਪਾਠ ਕਰਨਾ ਜੇ ਸੰਥਿਆ ਨਹੀਂ ਕੀਤੀ ਤੁਸੀਂ ਉਹ ਪਾਠ ਨੂੰ ਅੱਛੀ ਤਰ੍ਹਾਂ ਨਹੀਂ ਬੋਲ ਸਕਦੇ। ਇਹਦੀ ਵੀ ਇੱਕ ਚਾਲ ਹੈ ਸਵਈਆਂ ਦੀ ਵੀ ਇੱਕ ਚਾਲ ਹੈ। ਆ ਪਿੱਛੇ ਜੇ ਆਪਾਂ ਸਵਈਏ ਤੁਹਾਨੂੰ ਪੜ੍ਹ ਕੇ ਸੁਣਾਏ ਸੀ ਬਾਬਾ ਜੀ ਕਹਿੰਦੇ ਆਨੰਦ ਆ ਗਿਆ ਜੀ ਮੈਂ ਕਿਹਾ ਸੰਥਿਆ ਕੀਤੀ ਇਹਦਾ ਹੀ ਫਲ ਹੈ। ਇਸ ਕਰਕੇ ਜੇ ਆਪਾਂ ਨੂੰ ਸੰਥਿਆ ਨਹੀਂ ਕੀਤੀ ਅੱਛੀ ਤਰ੍ਹਾਂ ਸੰਸਕ੍ਰਿਤ ਨੂੰ ਜਾਣਦੇ ਨੇ ਕੀ ਅੱਖਰ ਬੋਲਣੇ ਆ ਫਿਰ ਉਹ ਸਾਰੀ ਗਲਤ ਪੜ੍ਹ। ਇਸ ਤਰ੍ਹਾਂ ਜਿਹਨਾਂ ਸੰਸਕ੍ਰਿਤ ਕੀਤੀ ਹੁੰਦੀ ਆ ਅੱਛੀ ਤਰ੍ਹਾਂ ਸੰਥਿਆ ਕੀਤੀ ਆ ਪੜ੍ਹੀ ਆ ਬਹੁਤ ਸੁੰਦਰ ਉਹਨੇ ਮਹਾਰਾਜ ਦੀਆਂ ਖੁਸ਼ੀਆਂ ਲਈਆਂ। ਸੁਣ ਕਰ ਖੁਸ਼ੀ ਕਰੀ ਤੇ ਸਿੱਖ ਪਰ ਗੁਰਮੁਖੀ ਲਿਖੀਏ ਇਹ ਅੱਖਰ। ਮਹਾਰਾਜ ਨੇ ਬੜੀਆਂ ਖੁਸ਼ੀਆਂ ਕੀਤੀਆਂ ਕਹਿੰਦੇ ਇਹ ਗੁਰਮੁਖੀ ਅੱਖਰਾਂ ਵਿੱਚ ਇਹਨੂੰ ਪਲਟਾ ਦਿਓ ਤਾਂ ਕਿ ਸੰਗਤ ਵੀ ਪੜ੍ਹੇ ਗੁਰਸਿੱਖ ਵੀ ਪੜ੍ਹਨ। ਕਹਿ ਕਰ ਕਾਗਰ ਲੀਨ ਮੰਗਾਈ ਸ਼੍ਰੀ ਅੰਗਦ ਸਭ ਹੀ ਲਿਖਵਾਈ। ਕਹਿ ਕਰਕੇ ਫਿਰ ਕਾਗਜ਼ ਕਲਮ ਦਵਾਤ ਸਭ ਮੰਗਵਾ ਕੇ ਗੁਰੂ ਅੰਗਦ ਦੇਵ ਜੀ ਨੇ ਲਿਖਵਾ ਦਿੱਤੇ। ਆਸਰ ਡਾਲ ਅਸੀਂ ਨੈ ਜਾਲਾ
ਨਾਲ ਸੁਣੇ ਤੈ ਸਿੱਖ ਵਿਸਾਲਾ। ਆਸਣ ਦੇ ਉੱਤੇ ਸਤਿਗੁਰੂ ਸਜੇ, ਉਸ ਵਕਤ ਦਿਆਲ ਸਤਿਗੁਰੂ ਜੀ ਆਣ ਸੁਣੇ ਤੈ ਸਿੱਖ ਵਿਸਾਲਾ। ਬਹੁਤ ਸਾਰੀ ਸੰਗਤ ਆੜ ਕੇ ਉੱਥੇ ਸੱਜ ਗਏ। ਇਹ ਸ਼ੁਕਰ ਹੈ ਵੀ ਉਸ ਵਕਤ TV ਅਖਬਾਰ ਪਾਰਟੀ ਬਾਜੀ ਹੋਰ ਬਹੁਤ ਸਾਰੀਆਂ ਗੱਲਾਂ ਨਹੀਂ ਸੀ ਹੁੰਦੀਆਂ, ਮੋਬਾਈਲ ਜੇ ਨਹੀਂ ਸੀ ਹੁੰਦੇ। ਮੈਂ ਇੱਕ ਧਿਆਨ ਕੇਵਲ ਗੁਰਾਂ ਵੱਲ, ਗੁਰੂ ਘਰ ਵੱਲ, ਸੇਵਾ ਵੱਲ ਹੀ ਹੁੰਦਾ ਸੀ। ਬਹੁਤ ਸ਼ਰਧਾ ਜਿਹੜੀ ਸੀ ਉਹ ਹੁਣ ਸਭ ਕੁਝ ਖਿੰਡ ਗਿਆ ਹੈ। ਉਹ ਮਨ ਕੇ ਅਧਿਕ ਤਰੰਗ ਕਿਉਂ ਦਰ ਜਾਇਸਾ ਜੀ, ਮਨ ਦੇ ਇੰਨੇ ਤਰੰਗ ਨੇ ਆਪਣੇ, ਖਿੰਡਿਆ ਹੀ ਰਹਿੰਦਾ ਮਨ ਰਾਤ ਨੂੰ ਵੀ ਉੱਠ ਕੇ। ਨਹੀਂ ਤਾਂ ਪਹਿਲਾਂ ਸਿੱਖ ਉੱਠਦਾ ਸੀ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ। ਰਾਤ ਨੂੰ ਪਾਸਾ ਵੀ ਲੈਣਾ ਵਾਹਿਗੁਰੂ, ਬੈਠੇ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਸੀ। ਹੁਣ ਪਹਿਲਾਂ ਚੱਕ ਕੇ ਮੋਬਾਈਲ ਦੇਖਣਾ, ਕੋਈ ਮੈਸੇਜ ਤਾਂ ਨਹੀਂ ਆਇਆ, ਕੋਈ ਆ। ਉਹਦੇ ਦਰਸ਼ਨ ਹੁੰਦੇ ਆ, ਫਿਰ ਉਹੋ ਜਿਹਾ ਮਨ ਬਣ ਜਾਣਾ, ਉਹੋ ਜਿਹੇ ਨਿਆਣੇ ਬਣ ਜਾਣੇ ਆ, ਉਹੋ ਜਿਹੀ ਸੋਚ ਹੋ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਖਤਮ ਕਰੋ। ਇੱਕ ਬੁੱਢਾ ਜੋ ਹੈ ਤਤ ਬੇਤਾ, ਮੋਹ ਆਦ ਜੋਧਾ ਅਤ ਜੇਤਾ। ਇੱਕ ਬਾਬਾ ਬੁੱਢਾ ਜੀ ਹੈ ਜੋ ਤਤ ਬੇਤਾ, ਬ੍ਰਹਮ ਗਿਆਨੀ ਹੈ। ਬਹੁਤ ਉੱਚੀ ਅਵਸਥਾ ਲਿਖੀ ਹੈ ਤਤ ਬੇਤਾ, ਜਿੱਥੇ ਜਾ ਕੇ ਸੰਕਲਪ ਖਤਮ ਹੋ ਜਾਣ। ਤਤ ਬੇਤਾ ਬ੍ਰਹਮ ਗਿਆਨੀ, ਤਤ ਬੇਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਲਿਖਿਆ। ਜਾਂ ਬੀਤ ਰਾਗ ਹੁੰਦੇ ਨੇ, ਮਾਤਾ ਭਾਗ ਕੌਰ ਜੀ ਨੂੰ ਬੀਤ ਰਾਗ ਲਿਖਦੇ ਆ ਆਪਾਂ, ਜਿੱਥੇ ਸਰੀਰ ਦੀ ਸੁੱਧ ਨਹੀਂ ਰਹਿੰਦੀ, ਅਵਸਥਾ ਬਣ ਜਾਏ ਤਾਂ ਉੱਥੇ ਹੀ ਪਹੁੰਚ ਜਾਂਦਾ ਬੰਦਾ। ਐਸਾ ਹੋ ਜਾਂਦਾ ਕਿ ਖਬਰ ਨਹੀਂ ਰਹਿੰਦੀ ਮਨ ਦੀ ਕੋਈ ਆਸੇ ਪਾਸੇ ਦੀ। ਮੋਹ ਆਦ ਜੋਧਾ ਅਤ ਜੇਤਾ, ਜਿਨ੍ਹਾਂ ਨੇ ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸੀ, ਉਹ ਸਾਰੇ ਜਿਹੜੇ ਸੀ ਉਹ ਜੇਤਾ ਹੁੰਦਾ, ਜਿੱਤ ਲਏ, ਜਿੱਤਣ ਵਾਲੇ ਸਨ ਵਿਸ਼ਿਆਂ ਨੂੰ। ਬਚਨ ਪਾਏ ਗੁਰ ਜੋਸ ਸੁਬੈਸਾ, ਭਇਓ ਪਰਮ ਬਿਰਧਨ ਤਨ ਜੈਸਾ। ਬਚਨ ਪਾ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਿੰਨਾ ਚਿਰ ਸਿਸ ਬੈਸਾ, ਬਾਲਕ ਅਵਸਥਾ ਤੋਂ ਲੈ ਕੇ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ। ਭਇਓ ਪਰਮ ਬਿਰਧਨ ਤਨ ਜੈਸਾ, ਜਿਨ੍ਹਾਂ ਦਾ ਸਰੀਰ ਜਿਹੜਾ ਸੀਗਾ ਉਹ ਬੁੱਢਿਆਂ ਦੇ ਸਰੀਰ ਵਰਗਾ ਬਣ ਗਿਆ। ਜਦ ਸਤਿਗੁਰੂ ਉਹ ਬਾਬਾ ਜੀ ਦੇ ਘਰ ਦੇ ਲੱਭਣ ਆਏ, ਕਹਿੰਦੇ ਇੱਥੇ ਸਾਡਾ ਬੱਚਾ ਆਇਆ 8 ਸਾਲ ਦਾ ਆਇਆ। ਉਹ ਮਹਾਰਾਜ ਨੇ ਵੈਸੇ ਹੀ ਬਚਨ ਕੀਤਾ, ਜੋ ਦੇਖਣ ਲੱਗੇ ਉਹ ਬੁੜਾ ਪਾਸਿਆ ਬੈਠਾ। ਮਹਾਰਾਜ ਨੇ ਪਹਿਲੇ ਕਹਿਤਾ ਸੀ, ਨਾ ਤਾਂ ਤੇਰਾ ਬੂੜਾ, ਪਰ ਕੰਮ ਤੇਰੇ ਬੁੱਢਿਆਂ ਬਜ਼ੁਰਗਾਂ ਵਾਲੇ, ਬੜੀਆਂ ਸਿਆਣੀਆਂ ਗੱਲਾਂ ਕਰਦਾ ਤੂੰ। ਜਾਂ ਘਰ ਦੇ ਦੇਖਣ ਆਏ ਤਾਂ ਉਹ ਸੱਚੀ ਮੁੱਚੀਆਂ ਬਜ਼ੁਰਗ ਲੱਗਣ, ਐਸੀ ਜਿਹਨਾਂ ਨਾਲ ਕੌਤਕ ਵਰਤੇ। ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ, ਨਿਰੰਕਾਰ ਜੀ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਿਆਂਦਾ। ਕਿਸੇ ਨੂੰ ਸਤਯੁਗ ਦੇ ਵਿੱਚ ਬ੍ਰਹਮ ਗਿਆਨ ਹੋਇਆ ਸੀ, ਕਿਸੇ ਨੂੰ ਤ੍ਰੇਤੇ 'ਚ ਹੋਇਆ, ਕਿਸੇ ਨੂੰ ਦੁਆਪਰ 'ਚ ਹੋਇਆ। ਉਦੋਂ ਦੇ ਜਿੰਨੇ ਬ੍ਰਹਮ ਗਿਆਨੀ ਸੀ ਉਹੀ ਸੇਵਾ 'ਚ ਹਾਜ਼ਰ ਹੋਏ ਸੀ। ਇਸ ਕਰਕੇ ਸਾਰੇ ਬ੍ਰਹਮ ਗਿਆਨੀਆਂ ਨੂੰ ਆਪਣੇ ਨਾਲ ਰਹਿਣ ਦੀ ਸੇਵਾ ਦਿੱਤੀ। ਖੱਟ ਪਾਤਸ਼ਾਹੀ ਰਹਿਓ ਅਧੂਰਾ, ਨਿਪੁੰਨ ਸੇ ਮੈਂ ਬਚਨ ਪੂਰਾ। 6 ਪਾਤਸ਼ਾਹੀਆਂ ਦੀ ਹਜ਼ੂਰੀ 'ਚ ਰਹੇ, 6 ਪਾਤਸ਼ਾਹੀਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਆਪਣੇ ਪ੍ਰਕਾਸ਼ ਕੀਤਾ 7, ਤੇ 9ਵੇਂ ਪਾਤਸ਼ਾਹ ਆਪਦੇ ਹੁੰਦਿਆਂ ਹੀ ਸੀਗੇ 8। 8 ਸਰੂਪਾਂ ਦੇ ਆਪ ਨੇ ਜਿਹੜੇ ਦਰਸ਼ਨ ਨੇ ਉਹ ਕੀਤੇ ਹਨ, ਬਾਕੀ ਤਾਂ ਦੇਖ ਹੀ ਲੈਂਦੇ ਨੇ। ਸੋ ਸਰੋਤਾ ਬੈਸੋ ਮਤ ਧੀਰਾ, ਸੁਣਨ ਕਥਾ ਜੋ ਹਰੈ ਭਉ ਪੀਰਾ। ਪੁੰਨ ਸੀ ਸੇਵਾ ਦੇ ਵਿੱਚ ਬਚਨਾਂ ਦੇ ਪੂਰੇ ਸੀ, ਸੋ ਸਰੋਤਾ ਬੈਸੋ ਮਤ ਧੀਰਾ। ਉਸ ਵਕਤ ਉਹ ਵੀ ਬੈਠੇ ਹਨ ਵਿੱਚ ਧੀਰਜ ਧਾਰ ਕੇ, ਕਿਉਂਕਿ ਜਦੋਂ ਵਿਛੋੜਾ ਪਿਆ ਹੁੰਦਾ, ਵਿਰਾਗ ਆਇਆ ਹੁੰਦਾ, ਉਹ ਅਵਸਥਾ ਕਿਹਨੇ ਦੇਖੀ? ਇੱਕ ਵਿਰਾਗ ਦੀ ਅਵਸਥਾ ਕਿਹੜੀ ਹੈ, ਵਿਛੋੜੇ ਦੀ ਅਵਸਥਾ ਕਿਹੜੀ ਹੈ? ਆ ਜਦ ਰਾੜਾ ਸਾਹਿਬ ਵਾਲੇ ਸਿੰਘ, ਮੈਨੂੰ ਇੱਕ ਵਾਰ ਕਹਿੰਦੇ ਬਾਬਾ ਭਾਈ ਅਮਰੀਕ ਸਿੰਘ ਕੀਰਤਨੀ ਹੈ, ਭਾਈ ਭੁਪਿੰਦਰ ਸਿੰਘ ਜੀ ਕਹਿੰਦੇ, ਜਦ ਅਸੀਂ ਭਿੰਡਰੀ ਗਏ ਬਸੰਤ ਗੁਰਬਚਨ ਸਿੰਘ ਜੀ ਜਿਹੜਾ ਚੜ੍ਹਾਈ ਕਰ ਗਏ ਸੀਗੇ, ਕਹਿੰਦੇ ਉਦੋਂ ਸਾਰੇ ਸਿੰਘ ਕੋਈ ਉੱਥੇ ਖੜਾ ਰੋਵੇ, ਕੋਈ ਵਿਰਾਗ ਦੇ ਵਿੱਚ ਰੋਵੇ। ਕਹਿੰਦੇ ਅਸੀਂ ਸੰਤ ਮਹਾਰਾਜ ਜੀ ਨੂੰ ਆ ਕੇ ਦੱਸਿਆ ਬਾਬਾ ਈਸ਼ਰ ਸਿੰਘ ਜੀ ਨੂੰ, ਵੀ ਸਿੰਘ ਰੋਈ ਜਾਂਦੇ। ਕਹਿੰਦੇ ਭਾਈ ਉਦੋਂ ਵਿਛੋੜਾ ਸਹਿ ਨਹੀਂ। ਕਹਿੰਦੇ ਜਦ ਫਿਰ ਬਾਬਾ ਜੀ ਗਏ ਨਾ ਬਾਬਾ ਈਸ਼ਰ ਸਿੰਘ, ਫਿਰ ਅਸੀਂ ਉੱਚੀ ਉੱਚੀ ਧਾਹਾਂ ਮਾਰ ਕੇ ਰੋਏ ਜਦ, ਕਹਿੰਦੇ ਫਿਰ ਉਹ ਸਮਾਂ ਯਾਦ ਆਇਆ। ਇਹ ਵਿਰਾਗ ਦਾ ਸਮਾਂ ਜਦੋਂ ਵਿਛੋੜਾ ਪੈਂਦਾ ਪਿਆਰਿਆਂ ਦਾ, ਤੇ ਨੇਤਰਾਂ ਵਿੱਚੋਂ ਜਲ ਜਾਂਦਾ। ਅਮਰਦਾਸ ਤੇਜੋ ਕੇ ਨੰਦਨ, ਸੇਵੇ ਜਨ ਅੰਗਦ ਦੁਖ ਕੰਦਨ। ਸੋ ਸੁਣਨ ਕਥਾ ਜੋ ਹਰੈ ਭਾਪੀਰਾ, ਜਿਹੜੀ ਕਥਾ ਸੰਸਾਰ ਸਾਗਰ ਦੀ ਪੀੜਾ ਨੂੰ ਹਰਦੀ ਹੈ,
ਸੋ ਗੁਰੂ ਅਮਰਦਾਸ ਮਹਾਰਾਜ ਤੇਜੋ ਕੇ ਨੰਦਨ, ਇਹ ਸਵਈਆਂ ਵਿੱਚ ਵੀ ਨਾਮ ਆ, ਬਾਬਾ ਤੇਜ ਭਾਂਜ ਦੇ ਸਪੁੱਤਰ, ਸੇਵੇ ਜਿਨ ਅੰਗਦ ਦੁੱਖ ਕੰਦਨ, ਦੁੱਖਾਂ ਨੂੰ ਕੱਟਣ ਵਾਲੇ ਗੁਰੂ ਅੰਗਦ ਦੇਵ ਜੀ ਦੀ ਇਹਨਾਂ ਨੇ ਬੜੀ ਭਾਰੀ ਸੇਵਾ ਕੀਤੀ ਹੈ। ਗੁਰਤਾ ਪਾਈ ਜਿਨ ਪਛਤਾਤੀ, ਸੰਤ ਭਇਓ ਤੋ ਕਥਾ ਸੁਹਾਤੀ, ਜਿਨ੍ਹਾਂ ਨੇ ਬਾਅਦ ਵਿੱਚ ਗੁਰਤਾ ਗੱਦੀ ਦੀ ਪ੍ਰਾਪਤੀ ਕੀਤੀ, ਉਹ ਵੀ ਇਹ ਬੈਠ ਕੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ। ਉਮਰਾਂ ਦੇਖੋ ਜੇ ਮਿਲਾ ਕੇ ਦੇਖੋ ਤਾਂ ਥੋੜਾ ਥੋੜਾ ਹੀ ਫਰਕ ਸੀ। ਤਾਂ ਉਸ ਵਕਤ ਸਾਰੇ ਸਮਕਾਲੀ ਰਹੇ ਨੇ ਸਤਿਗੁਰੂ ਜੀ, ਉਦੋਂ ਸਾਰੇ ਹਾਜ਼ਰ ਸੀ ਗੁਰੂ ਨਾਨਕ ਸਾਹਿਬ ਵੇਲੇ। 1539 ਵਿੱਚ ਗਏ ਮਹਾਰਾਜ, 1534 'ਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਦੋਂ 4-5 ਸਾਲ ਦੇ ਸੀ, ਗੁਰੂ ਅਮਰਦਾਸ ਜੀ ਵੀ ਸੀਗੇ ਉਦੋਂ। ਇਸ ਕਰਕੇ ਸਾਰੇ ਪਾਤਸ਼ਾਹ ਸੀ ਤਾਂ ਹਾਜ਼ਰ, ਪਰ ਇੱਕ ਦੂਜੇ ਨੂੰ ਮਿਲੇ ਨਹੀਂ ਆਪਸ ਵਿੱਚ। ਗੁਰਮੁਖ ਇੱਕ ਜੀਵਾ ਪਾਈ, ਮਨ ਬਚ ਕਰਮ ਜਿਨ ਸੇਵਕ ਮਾਈ। ਸੋ ਭਾਈ ਜੀਵਾ ਜੀ ਗੁਰਮੁਖ ਸੀਗੇ ਇੱਕ ਪਿਆਰੇ, ਜਿਨ੍ਹਾਂ ਦੀ ਕਥਾ ਅੱਗੇ ਚੱਲ ਕੇ ਆਵੇਗੀ। ਮਨ ਬਚ ਕਰਮ ਜਿਨ ਸੇਵ ਕਮਾਈ, ਮਨ ਕਰਕੇ ਬਚਨਾ ਕਰਕੇ ਕਰਮ ਕਰਕੇ ਜਿਨ੍ਹਾਂ ਨੇ ਸੇਵਾ ਕਮਾਈ। ਅੱਜ ਕੱਲ੍ਹ ਤੇ ਐਵੇਂ ਪੌੜੇ ਖਾਂਦਾ, ਕੋਈ ਕੰਮ ਕਹਿ ਦਈਆ ਕਰਨ, ਹਾਂ ਜੀ ਹਾਂ ਹੋ ਜਾਏਗਾ, ਬਸ ਕਰਦੇ ਹੈ। ਇੱਥੇ ਨਹੀਂ ਚੱਲਦਾ, ਇੱਥੇ ਤਾਂ ਇੱਕ ਬਸ ਰੋਟੀ ਖਾਣੀ ਨਹੀਂ, ਕੋਈ ਸੁੱਖ ਨਹੀਂ ਦੇਖਣਾ, ਕੇਵਲ ਸਤਿਗੁਰਾਂ ਦਾ ਬਚਨ ਹੀ ਵੱਡਾ ਹੁੰਦਾ। ਬਸ ਉਹ ਬਚਨਾਂ ਪਿੱਛੇ ਸਭ ਕੁਛ ਗੁਰਸਿੱਖ ਆਪਣਾ ਕੁਰਬਾਨ ਕਰ ਦਿੰਦੇ। ਸ਼੍ਰੀ ਅੰਗਦ ਹਿਤ ਭੋਜਨ ਤਿਆਰੀ, ਕਰਤ ਪ੍ਰੀਤ ਸੋ ਰੁਚਰ ਸਵਾਰੀ। ਸਤਿਗੁਰੂ ਅੰਗਦ ਦੇਵ ਸਾਹਿਬ ਵਾਸਤੇ ਭਾਈ ਜੀਵਾ ਜੀ ਭੋਜਨ ਦੀ ਤਿਆਰੀ ਕਰਦੇ ਸੀ। ਕਰਤ ਪ੍ਰੀਤ ਸੋ ਰੁਚਰ, ਸੁੰਦਰ ਸਵਾਦਲੇ ਭੋਜਨ ਤਿਆਰ ਕਰਦੇ। ਪਾਰੋ ਜੁਲਕਾ ਪੁਨ ਸਖੇ ਕੋ ਪਰਮ ਹੰਸ ਕੋ ਜਾਸ ਬਬੇਕੋ। ਇੱਕ ਸਿੱਖ ਨੇ ਕਥਾ ਸੁਣੀ, ਇਹ ਸਾਰੇ ਸਿੱਖਾਂ ਦੇ ਨਾਮ ਜਿਹੜੇ ਕਥਾ ਸੁਣਨ ਬੈਠੇ ਸੀ, ਭਾਈ ਪਾਰੋ ਜੁਲਕਾ ਜੀ, ਜੁਲਕਾ ਜਿਨ੍ਹਾਂ ਦਾ ਗੋਤ ਸੀ, ਨਾਮ ਸੀ ਪਾਰੋ, ਉਹ ਡੱਲਾ ਪਿੰਡ ਲਾਗੇ ਪੈਂਦਾ, ਉੱਥੇ ਜਾ ਕੇ ਵੀ ਆਏ, ਉੱਥੇ ਤੁਸੀਂ ਵੀ ਦਰਸ਼ਨ ਕਰਿਆ ਗੁਰੂ ਸੁਲਤਾਨਪੁਰ ਸਾਹਿਬ ਵਾਲੇ ਪਾਸੇ, ਜਿੱਥੇ ਬੌਲੀ ਸਾਹਿਬ ਬੜੀ ਸੁੰਦਰ ਬਣੀ, ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਦੇ ਆਨੰਦ ਕਾਰਜ ਹੋਏ ਸੀ, 5ਵੇਂ ਪਾਤਸ਼ਾਹ ਵੀ ਨੇ ਉੱਥੇ ਮਹਾਰਾਜ ਨੇ ਚਰਨ ਪਾਏ ਸੀ। ਇਸ ਕਰਕੇ ਪਾਰੋ ਜੁਲਕਾ ਪੁਨ ਸਿੱਖ ਏਕੂ, ਇਹ ਇੱਕ ਸਿੱਖ ਸੀ ਭਾਈ ਪਾਰੋ ਜੁਲਕਾ, ਇਹਨਾਂ ਦੀ ਕਥਾ ਵੀ ਅੱਗੇ ਚੱਲ ਕੇ ਆਵੇ, ਜਿਨ੍ਹਾਂ ਨੂੰ ਖਿਤਾਬ ਮਿਲਿਆ ਸੀ ਪਰਮ ਹੰਸ। ਪਰਮ ਹੰਸ ਕੋ ਜਾਸ ਬਿਵੇਕੂ, ਵਿਚਾਰ ਜਿਨ੍ਹਾਂ ਨੂੰ ਪਰਮ ਹੰਸ ਕਹਿ ਕੇ ਪਛਾਣੀਦਾ ਸੀ, ਭਾਵ ਇਹ ਉਹਨਾਂ ਦੀ ਅਲ ਸੀ, ਅਵਸਥਾ ਇੱਥੇ ਤੱਕ ਗਈ ਹੋਈ ਸੀ ਵੀ ਜਿੱਥੇ ਤੱਕ। ਫਿਰ ਇੱਕ ਦਿਨ ਮਹਾਰਾਜ ਨੇ ਫਿਰ ਕਹਿ ਦਿੱਤਾ, ਕਹਿੰਦੇ ਮਹਾਰਾਜ ਨੂੰ ਇਸ ਤੋਂ ਅੱਗੇ ਅਵਸਥਾ ਕੋਈ, ਕਹਿੰਦੇ ਹੁਣ ਇਸ ਤੋਂ ਅੱਗੇ ਤਾਂ ਅਵਸਥਾ ਕੋਈ ਨਹੀਂ, ਜੀ ਤਾਂ ਕਰਦਾ ਤੈਨੂੰ ਗੁਰਤਾ ਗੱਦੀ ਭਾਈ ਹੁਣ ਦੇ ਦਈਏ, ਤੇਰੀ ਅਵਸਥਾ ਹੀ ਨਹੀਂ ਹੋਈ। ਕਹਿੰਦਾ ਨਾ ਮਹਾਰਾਜ, ਸਿੱਖ ਹੀ ਰਹਿਣ ਦੇ ਮੈਨੂੰ, ਮੈਂ ਸਿੱਖ ਹੀ ਠੀਕ ਹਾਂ, ਮੈਂ ਗੁਰਤਾ ਗੱਦੀ ਲੈਣੀ। ਮਹਾਰਾਜ ਕਹਿੰਦੇ ਜਾ ਫਿਰ, ਹੁਣ ਇਸ ਤੋਂ ਉੱਤੇ ਅਵਸਥਾ ਨਹੀਂ ਹੈਗੀ, ਕੋਈ ਸਰੀਰ ਤਿਆਗ ਦੇ, ਆਪਾਂ ਚੌਥੇ ਸਰੂਪ ਵਿੱਚ ਇਕੱਠੇ ਬਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਰਾਂਗੇ। ਫਿਰ ਜਾ ਕੇ ਉਹਨਾਂ ਨੇ ਆਪਣੇ ਨਗਰ ਸਰੀਰ ਤਿਆਗ ਦਿੱਤਾ, ਜਪਜੀ ਸਾਹਿਬ ਦਾ ਪਾਠ ਕਰਕੇ, ਉੱਥੇ ਇੱਕ ਬੌਲੀ ਸਾਹਿਬ ਆ ਉਹਦੇ 'ਚ ਇਸ਼ਨਾਨ ਕਰਕੇ, ਫਿਰ ਘੋੜੀ ਆਪਣੀ ਭੇਜ ਦਿੱਤੀ, ਉਹ ਘੋੜੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਮਹਾਰਾਜ ਨੇ, ਔਰ ਕੁਛ ਮੋਹਰਾਂ ਸੀਗੀਆਂ ਉਹ ਵੀ ਦਿੱਤੀਆਂ। ਅੱਗੇ ਚੱਲ ਕੇ ਪ੍ਰਸੰਗ ਸੁਣਾਂਗੇ। ਤਜਲ ਅਸਾਰੰਗ ਸਾਰ ਗਰੀਤੀ, ਪੇ ਅਪਕੇ ਜੋ ਹੰਸਨ ਰੀਤੀ। ਇਹਨਾਂ ਨੇ ਅਸਾਰੰਗ ਸਾਰ ਗਰੀਤੀ ਜਿਹੜਾ ਕੀਤਾ ਨਾ, ਇਹ ਬਹੁਤ ਫੋਗ ਨੂੰ ਛੱਡ ਦਿੱਤਾ, ਤੱਤਵ ਨੂੰ ਗ੍ਰਹਿਣ ਕਰਨ ਵਾਲੇ। ਕਿਸ ਤਰ੍ਹਾਂ ਜੀ, ਕਹਿੰਦੇ ਪੈ ਜਿਵੇਂ ਦੁੱਧ ਹੁੰਦਾ, ਅਪਕੇ ਇਹਦੇ ਵਿੱਚੋਂ ਜਿਹੜਾ ਪਾਣੀ ਆ, ਜਿਉ ਹੰਸਨ ਰੀਤੀ, ਹੰਸ ਦੇ ਮੂਹਰੇ ਦੁੱਧ ਰੱਖੋ, ਚੁੰਝ ਵਿੱਚ ਦੁੱਧ ਭਰਦਾ, ਪਾਣੀ ਪਾਣੀ ਨਿਕਲ ਜਾਂਦਾ, ਪਨੀਰ ਪਨੀਰ ਖਾਂਦਾ ਉਹ, ਕਿਉਂਕਿ ਉਹਦੇ ਚੁੰਝ ਵਿੱਚ ਖਟਿਆਸ ਹੁੰਦੀ ਹੈ, ਖਟਿਆਸ ਨਾਲ ਦੁੱਧ ਫਟ ਜਾਂਦਾ, ਪਾਣੀ ਨਿਕਲ ਜਾਂਦਾ, ਉਹ ਪਨੀਰ ਖਾਂਦਾ। ਸਹਿਨ ਸਰਸ ਇੱਕ ਤੁੰਗਾ ਨਾਈ, ਜਿਨ ਸਿੱਖੀ ਰੀਤ ਕਮਾਈ। ਸੋ ਇਸ ਕਰਕੇ ਸਹਿਨ ਸਰਸ ਇੱਕ ਤੁੰਗਾ ਨਾਈ, ਇਹ ਭਾਈ ਇਹ ਵੀ ਨਾਈ ਦੀ ਜਾਤ ਸੀ ਇਹਨਾਂ ਦੀ, ਭਾਈ ਧਿੰਗਾ ਜੀ। ਸੋ ਇਹ ਬਹੁਤ ਜੋ ਸੁੰਦਰ ਗੁਰਸਿੱਖ ਸੋਹਣੇ ਹਨ, ਇਸ ਤਰ੍ਹਾਂ ਨਾਈ ਜਿਨ ਸਿੱਖੀ ਕੀ ਰੀਤ ਕਮਾਈ, ਜਿਨ੍ਹਾਂ ਨੇ ਸਿੱਖੀ ਦੀ ਰੀਤ ਨੂੰ ਕਮਾਇਆ ਹੈ। ਭਾਵ ਰੀਤ ਮੁਰਦੇ ਕੀ ਨਾਈ, ਗੁਰੂ ਗੋਰ ਮੈਂ ਕਿਨ ਸਮਾਈ। ਸੋ
मुर्दा होए मुरीद मुरीद मुर्दे दी न्याई गुरु गोर दे विच समा गया पाव आपा त्याग छड़ दिता आपा भाव जिहड़ा सी उह त्याग दिता इस करके महाराज सच्चे पातशाह कोल ऐसे ऐसे बड़िया बड़िया अवस्था वाले गुरसिख जिहड़े सन उह रहिंदे सन भगतां दी अवस्था वाले इत आदिक जो सेवक प्रेमी पै कथा सुनने के निमी आदिक जो कथा फिर अगे चली जो जन्म पत्री बारे जानकारी मिली वो सारे सुन वास्ते बैठदे अपर मनुज आवे कर हेतु सुने कथा बेदी कुल के तु हौली हौली जदों पता लग्या कि उत्थे कथा हुंदी है सतगुरु नानक साहब दी हौली हौली बहुत संगत आसे पास्यों पिंडां विचों महाराज दे गुरसिख आ के बड़े प्यार दे नाल ओह बेदियां दी कोल दे केतु अंदर बेदी कोल दे निशान सतगुरु नानक साहब दी कथा सुणदे हन दोहरा बाला करतो चार मुख पैड़े लिखे सुधार भाई पैड़ा जी ने सुधार के लिखी भाई बाला जी ने सुनाई लिखवाई अंगद गुरु जाके काज उधार गुरु अंगद देव साहिबान लिखवाई संसार दे उधार वास्ते जेड़ी काम बड़िया ने कर दिता वह तो नहीं असी कोई गल कहनी जो गुरु अंगद देव जी सियाने कि असी सियाने हैं इस करके उन्होंने किसी भले वास्ते ही कार्य किया है सो सुन वर्णन करत कव छंद चौपाई बंद सो सुन करके कवि जी ने वह सारा जिहड़ा है छंद चौपाइया बंद दे विच ਉਹ ਸਾਰਾ ਰਚ ਦਿੱਤਾ ਹੈ ਸ਼੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮਾਤਮਾ ਸਰੂਪ ਬੰਧਨ ਕਰ ਸੁਖ ਕੰਦ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕੀਏ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਅੱਜ ਬੁੱਧਵਾਰ ਮੂਲ ਮੰਤਰ ਦਾ ਪਾਠ ਸੋ ਕਰਾਉਣਗੇ ਗੁਰਸਿੱਖ ਪਿਆਰ ਦੇ ਨਾਲ ਸ਼ਰਵਣ ਕਰਦੇ ਆ ਸੋ ਆਓ ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਮੂਲ ਮੰਤਰ ਦੇ ਪਾਠ ਵਿੱਚ ਸ਼ਾਮਿਲ ਹੋ ਕੇ ਆਨੰਦ ਲਈਏ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਪਿਆਰ ਨਾਲ ਫਤਿਹ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤੋਤਰ ਆਪਾਂ ਪੜ੍ਹ ਲਈਏ ਸਾਧ ਸੰਗਤ ਹੁਕਮ ਹੋਇਆ ਸਤੋਤਰ ਕਰ ਲਈਏ ਹੇ ਅਜੋਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਗੈ ਸਦਾ ਹੇ ਅਪਰੰਪਰ ਹਰ ਹਰੇ ਹੈਪੀ ਹੇ ਸੰਤ ਕੈ ਸਦਾ ਸੰਗ ਨਿਧਾਰਾ ਹੇ ਠਾਕੁਰ ਸ਼੍ਰੀ ਅੰਗਦ ਭਾਕੀ ਗਿਰਾ ਹੋਵੇ ਤੁਮ ਤੇ ਕਾਮ ਤਾਏ ਨਗਰ ਮੈਂ ਰਹਿਤ ਹੋ ਖਜਵਾਵੋ ਤੇ ਧਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੋ ਸਵੇਰ ਦੀ ਕਥਾ ਦੇ ਵਿੱਚ ਸਰਵਣ ਕੀਤਾ ਹੈ ਕਿਸ ਪ੍ਰਕਾਰ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਿਚਾਰ ਕੀਤੀ ਮਨ ਦੇ ਅੰਦਰ ਕਿ ਕੋਈ ਸਿੱਖ ਮਿਲੇ ਜੋ ਮਹਾਰਾਜ ਦੇ ਸਮੇਂ ਨਾਲ ਰਿਹਾ ਹੋਵੇ
ਗੁਰਾਂ ਦੇ ਬਚਪਨ ਦੇ ਜਵਾਨੀ ਦੇ ਸਾਰੇ ਅੱਗੇ ਤੱਕ ਦੇ ਕੌਤਕ ਸੁਣਾਵੇ। ਉਦੋਂ ਭਾਈ ਬਾਲਾ ਜੀ ਨੂੰ ਫੁਰਨਾ ਹੋਇਆ ਕਿ ਮੈਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਸਥਾਨ 'ਤੇ ਜੋ ਅੱਗੇ ਗੱਦੀ 'ਤੇ ਸੁਸ਼ੋਭਿਤ ਹੋਏ ਨੇ ਸਤਿਗੁਰੂ ਜੀ, ਉਹਨਾਂ ਦੇ ਦਰਸ਼ਨ ਕਰਾਂ। ਜਾਂ ਉਹ ਕਹਿੰਦੇ ਹੋਏ ਉੱਥੋਂ ਚੱਲ ਕੇ ਛੇਤੀ ਨਾਲ ਹੀ ਸ੍ਰੀ ਖਡੂਰ ਸਾਹਿਬ ਪਹੁੰਚੇ ਨੇ। ਆਓ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੱਸਿਆ ਜਦੋਂ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਮੈਂ ਅੱਖਰ ਹੈ ਗਲਤੀ ਨਾਲ ਨਿਕਲੀ ਨਾ ਦਾਸ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਸੇਵਾ ਵਿੱਚ ਰਿਹਾ। 3 ਸਾਲ ਮੈਂ ਵੱਡਾ ਹਾਂ, ਕਿਤੇ ਕਿਤੇ 5 ਸਾਲ ਵੀ ਹੁੰਦਾ ਹੈ। ਸੋ ਇਸ ਕਰਕੇ ਜਿੰਨੇ ਕੁ ਮੈਂ ਕੌਤਕ ਦੇਖੇ ਨੇ ਬਚਪਨ ਬਾਰੇ ਤਾਂ ਮੈਨੂੰ ਹੁਣ ਇੰਨਾ ਨਹੀਂ ਸੁਣਿਆ, ਜੋ ਹੈ ਮੈਂ ਦੱਸਾਂਗਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦੱਸਿਆ ਜਦੋਂ ਸਾਰਾ, ਗੁਰੂ ਸਾਹਿਬ ਜੀ ਉੱਠ ਕੇ ਗਲਵੱਕੜੀ 'ਚ ਲੈ ਕੇ, ਬਹੁਤ ਜਲ ਆਇਆ ਨੇਤਰਾਂ ਦੇ ਵਿੱਚੋਂ, ਵਿਰਾਗ ਐਸਾ ਜਿਸ ਪਿਆਰੇ ਸਿਉਂਦੇ ਹੁੰਦੇ ਸਾਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਆਓ ਅੱਗੇ ਹੁਣ ਜਿਸ ਪ੍ਰਕਾਰ ਕਥਾ ਹੋਵੇਗੀ ਸ਼ਰਵਣ ਕਰਦੇ ਹਾਂ। ਦੋਹਰਾ ਸ਼੍ਰੀ ਅੰਗਦ ਭਾਗੇ ਗਿਰਾ ਹੋਵੇ ਤੁਮ ਤੇ ਕਾਮ, ਤਾਹੇ ਨਗਰ ਮੈਂ ਰਹਿਤ ਹੋ ਖੁਜਾਵੋ ਤੇ ਧਾਮ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਧੰਨ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਉਹਨਾਂ ਦਾ ਧਿਆਨ ਧਰੀਏ ਅੱਜ, ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਹੈ। ਅੱਜ ਦੇ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋ ਇਸ ਸੰਸਾਰ ਦੇ ਵਿੱਚੋਂ ਆਪਣੇ ਆਪ ਨੂੰ ਅਲੋਪ ਕਰਕੇ ਤੀਸਰੇ ਸਰੂਪ ਦੇ ਵਿੱਚ ਬਿਰਾਜਮਾਨ ਹੋਏ। ਔਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਕਿਹਾ ਸੀ ਕਿ ਜੋ ਗੁਰੂ ਨਾਨਕ ਦੇਵ ਜੀ ਦੀ ਸਾਖੀ ਜੋ ਹੈ ਉਸ ਵਕਤ ਜਨਮ ਪੱਤਰੀ ਬਣਾਈ ਸੀ ਹਰਦਿਆਲ ਪੁਰੋਹਿਤ ਨੇ, ਜਿਹਦੇ ਤੋਂ ਆਪਾਂ ਨੂੰ ਟਾਈਮ ਥਿੱਤ ਵਾਰ ਆਦਿਕ ਦਿਨਾਂ ਦਾ ਪਤਾ ਲੱਗ ਜਾਏਗਾ। ਮੈਂ ਆਪਣੇ ਪਿਆਰੇ ਦੀ ਉਹ ਪੱਤਰੀ ਦੇਖਣੀ ਚਾਹੁੰਦਾ, ਤੁਸੀਂ ਪਤਾ ਕਰੋ। ਕਹਿੰਦੇ ਚਾਚਾ ਲਾਲੂ ਜੀ ਹਨ ਜਿਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦੇ ਚਾਚਾ ਜੀ, ਵੀ ਉੱਥੇ ਕੋਈ ਬੰਦਾ ਭੇਜ ਕੇ ਮੰਗਾਈਏ। ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ, ਤੁਹਾਡਾ ਨਗਰ ਹੈ ਉਹ ਰਹਿਸ਼ ਹੈ, ਦੋ ਜਾਣੇ ਨਾਲ ਲੈ ਕੇ ਜਾਓ, ਇਹ ਕੰਮ ਤੁਹਾਡੇ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ। ਜੋ ਪਈ ਕਹਿ ਬਾਲਾ ਮੈਂ ਰਹਿਤੋ ਕਹਿ ਬਾਲਾ ਮੁਖਸ ਸਹਿ ਸੁਦਾਸੀ ਸ੍ਰੀ ਅੰਗਦ ਸੁਣੇ ਸੁਖ ਰਾਸੀ। ਸੋ ਕਹਿਣ ਲੱਗੇ ਮਹਾਰਾਜ ਤੁਸੀਂ ਹੀ ਖੁਜਵਾਓ ਜਾ ਕਰਕੇ, ਤਾਂ ਹੀ ਨਗਰ ਮੈਂ ਰਹਿਤ ਹੋ ਖੁਜਵਾਵੋ ਤੇ ਧਾਮ। ਉਸ ਨਗਰ ਵਿੱਚ ਰਹਿੰਦੇ ਹੋ ਤੁਸੀਂ, ਉੱਥੇ ਜਾ ਕੇ ਖੋਜ ਕਰਵਾਓ, ਚੌਪੀ ਪ੍ਰਾਰੰਭ ਕਰ ਦੇਣੇ ਚਾਓ ਭਾਈ। ਸੋ ਇਹ ਜਿਹੜਾ ਕਨੌੜਾ ਇਲਾਕੇ ਹੈ, ਚੌਪੀ ਨਹੀਂ ਕਹਿਣਾ ਚਾਓ ਭਾਈ। ਕਹਿ ਬਾਲਾ ਮੁੱਖ ਸਸੈ ਸੁਦਾਸੀ, ਉਸ ਵਕਤ ਅੱਖਰ ਨੂੰ ਬਣਾਉਣਾ ਚੰਦਰਮਾ ਰੂਪੀ ਮੁੱਖ ਤੋਂ ਅੰਮ੍ਰਿਤ ਵਰਗੀ ਬਾਣੀ ਜਿਹੜੀ ਕਹੀ ਭਾਈ ਬਾਲਾ ਜੀ ਨੇ ਇਸ ਤਰੀਕੇ ਦੇ ਨਾਲ, ਜਾਂ ਸਤਿਗੁਰਾਂ ਨੇ ਉਹਨਾਂ ਨੂੰ ਬਚਨ ਇਹ ਕੀਤੇ ਹਨ ਕਿ ਸ੍ਰੀ ਅੰਗਦ ਸੁਣੀਏ ਸੁਖ ਰਸ, ਸੁੱਖਾਂ ਦੀ ਰਾਸ ਜੋ ਪੂੰਜੀ ਸੁੱਖਾਂ ਦੀ ਖਾਣ। ਭਾਈ ਬਾਲਾ ਜੀ ਕਹਿੰਦੇ ਨੇ ਕਵੀ ਜੀ ਨੇ ਇੱਕ ਚੀਜ਼ ਬਣਾਈ ਹੈ ਐਸੀ ਸੁੰਦਰ ਕੇ, ਕਹਿ ਬਾਲਾ ਮੁੱਖ ਸਸੈ, ਸਸੈ ਹੁੰਦੇ ਚੰਦਰਮਾ ਰੂਪੀ ਮੁੱਖ ਤੋਂ ਅੰਮ੍ਰਿਤ ਵਰਗੇ ਬਚਨ ਭਾਈ ਬਾਲਾ ਜੀ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਕਿਹਾ। ਇਹ ਸੁੱਖਾਂ ਦੀ ਖਾਣ ਸੁਣੋ ਜੀ। ਏਕ ਸਿੱਖ ਦੀਜੈ ਮੁਝ ਸਾਥੂ ਜਾਵੇ ਜਸਪਦ ਦੀਨਾ ਨਾਥੂ। ਜਸਪਦ ਹੁੰਦਾ ਛੇਤੀ ਨਾਲ, ਇੱਕ ਸਿੱਖ ਮੈਨੂੰ ਨਾਲ ਦੇ ਦਿਓ, ਮੇਰੇ ਸਾਥ ਜਾਵੇਗਾ ਉਹ ਛੇਤੀ ਦੇ ਨਾਲ। ਹੇ ਦੀਨ ਗਰੀਬਾਂ ਦੇ ਨਾਥ ਹੁੰਦਾ ਮਾਲਕ ਜੀ। ਲਾਲੂ ਆਲੇ ਟੁਲਾਈ
ਆਨ ਗਏ ਅਮਜੇ ਤੈ ਪਾਈ। ਲਾਲੂ ਆਲੇ ਆਲੇ ਮਤਲਬ ਘਰ, ਕਿਰਪਾਲ ਆਲ ਆਲ ਮਤਲਬ ਜਿੱਥੇ ਆ ਗਿਆ ਉੱਥੇ ਘਰ, ਦਇਆਲ ਕਰੁਣਾਲਿਆ ਹੈ ਹਰ ਘਾਲਿਆ ਹੈ ਲਾਲੂ। ਸੋ ਲਾਲ ਚੰਦ ਜੀ ਲੇਹ ਢੁਲਾਈ ਲੱਭ ਲਵਾਂਗੇ ਉਹਨਾਂ ਨੂੰ ਲਾ ਕਰਕੇ ਆਵਾਂਗੇ ਹਮ ਜੇ ਤਹਿ ਪਾਈ, ਜਿੱਥੋਂ ਜੇ ਉੱਥੋਂ ਲੱਭੀ ਤਾਂ ਲੈ ਆਵਾਂਗੇ ਜੀ। ਗੁਰ ਪ੍ਰਸਿੱਧੇ ਬਾਲੇ ਪਰਤਬ ਚਿੱਤ ਕਰਤਾਰ ਨ ਬਿਸਰੇ ਔਰ ਕਬ। ਸਤਿਗੁਰੂ ਜੀ ਬਹੁਤ ਖੁਸ਼ ਹੋਏ ਭਾਈ ਬਾਲੇ ਪਰ ਔਰ ਆਸ਼ੀਰਵਾਦ ਦਿੱਤਾ। ਪਹਿਲਾਂ ਇਸ ਤਰ੍ਹਾਂ ਆਸ਼ੀਰਵਾਦ ਹੁੰਦਾ ਸੀ, ਚਿੱਤ ਕਰਤਾਰ ਨਾ ਵਿਸਰੈ ਔਰ, ਤੁਹਾਡੇ ਚਿੱਤ ਵਿੱਚੋਂ ਦਿਲ ਵਿੱਚੋਂ ਕਦੇ ਕਰਤਾਰ ਨਾ ਵਿਸਰੇ, ਸਦਾ ਕਰਤਾਰ ਦੀ ਯਾਦ ਤੁਹਾਡੇ ਅੰਦਰ ਬਣੀ ਰਹੇ। ਲਾਲਾ ਪੰਨੂ ਸਿੱਖ ਸਦਾਇਆ ਸ਼੍ਰੀ ਮੁਖ ਤੇ ਇਹ ਬਾਕ ਅਲਾਇਆ। ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਲਾਲਾ, ਉਸ ਇਲਾਕੇ ਵਿੱਚ ਪੰਨੂ ਗੋਤ ਕਾਫੀ ਨਸ਼ਹਿਰਾ ਪੰਨੂਆਂ ਜਿਵੇਂ ਆ, ਇਹ ਲਾਲਾ ਪੰਨੂ ਸਿੱਖ ਸੀ, ਉਹਨੂੰ ਸਦਾਇਆ ਸਿੱਖ ਭੇਜ ਕੇ ਬੁਲਾਇਆ ਸ੍ਰੀ ਮੁਖ ਤੇ ਇਹ ਇਉਂ ਇਸ ਤਰ੍ਹਾਂ ਵਾਕ ਆਪ ਜੀ ਨੇ ਅਲਾਉਣਾ ਕੀਤਾ ਕਹਿਣਾ ਕੀਤਾ। ਗੁਰਸਿੱਖੇ ਤੁਮ ਮੈਂ ਅਧਕਾਈ ਜਿਵ ਸਾਵਨ ਸਰਤਾ ਬਹੁਤਾਈ। ਇਹ ਭਾਈ ਗੁਰਸਿੱਖ ਤੇਰੇ ਵਿੱਚ ਬਹੁਤ ਪ੍ਰੇਮ ਹੈ ਗੁਰਸਿੱਖੀ ਪ੍ਰਤੀ, ਸਿੱਖੀ ਦੀ ਕਮਾਈ ਵੀ ਕੀਤੀ ਹੈ ਬਹੁਤੀ, ਜਿਵੇਂ ਸਾਵਣ ਸਰਤਾ ਬਹੁਤਾਈ, ਜਿਵੇਂ ਜੋ ਸਾਵਣ ਦੇ ਮਹੀਨੇ ਵਿੱਚ ਸਰਤਾ ਹੁੰਦੀ ਨਦੀ, ਨਦੀ ਦੇ ਵਿੱਚ ਬਹੁਤ ਜ਼ਿਆਦਾ ਜਲ ਆਉਂਦਾ ਹੈ। ਦੋਹਰਾ ਬਾਲੇ ਸੰਗ ਜੈ ਤਾਂ ਜਹ ਜਨਮਿਓ ਬਮਨਾਥ। ਭਾਈ ਬਾਲਾ ਜੀ ਦੇ ਨਾਲ ਜਾਓ ਉੱਥੇ ਜਿੱਥੇ ਮੇਰੇ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਭਾਵ ਪੱਤਰੀ ਕੋ ਆਣ ਕੈ ਕੀਜੈ ਜਨਮ ਸਖਾਥ। ਭਾਵ ਪੱਤਰੀ ਤੋਂ ਭਾਵ ਜਨਮ ਪੱਤਰੀ, ਜੋ ਉਹਨੂੰ ਆਣ ਕੇ ਲਿਆ ਕੇ ਕੀਜੈ ਜਨਮ ਸਖਾਥ, ਆਪਣਾ ਜਨਮ ਸਫਲਾ ਕਰੋ ਜੀ। ਚੋ ਪਈ ਸੁਣ ਸਤਰ ਬਚਨ ਸੰਵਾਤ ਨ ਅੰਗਾ ਭਇਓ ਤਿਆਰ ਚਰਨ ਕੋ ਸੰਗਾ। ਸੁਣ ਇਹ ਸੁਰਤ ਕੰਨਾਂ ਨੂੰ ਕਹਿੰਦੇ, ਕੰਨਾਂ ਵਿੱਚ ਇਹ ਬਚਨ ਸੁਣ ਕੇ ਸਮਾਤ ਨ ਅੰਗਾ, ਜਦੋਂ ਕਿਸੇ ਸਿੱਖ ਨੂੰ ਸੇਵਾ ਲਾਉਂਦੇ ਸੀ ਤਾਂ ਆਪਣੇ ਧੰਨ ਭਾਗ ਮੰਨਦਾ ਸੀ। ਇੱਕ ਤਾਂ ਇਹ ਖੁਸ਼ੀ ਹੋਈ ਵੀ ਇਸ ਬਹਾਨੇ ਸਤਿਗੁਰੂ ਨਾਨਕ ਸਾਹਿਬ ਦੇ ਨਗਰ ਦੇ ਦਰਸ਼ਨ ਕਰਾਂਗੇ, ਘਰ ਦੇ ਦਰਸ਼ਨ ਕਰਾਂਗੇ, ਚਾਚਾ ਲਾਲੂ ਜੀ ਨੂੰ ਮਿਲਾਂਗੇ, ਹੋਰ ਉਹਨਾਂ ਦੇ ਸਾਰੇ ਨਗਰ ਦੇ ਦਰਸ਼ਨ, ਸੰਗੀਆਂ ਦੇ ਦਰਸ਼ਨ ਕਰਾਂਗੇ। ਬਹੁਤ ਖੁਸ਼ ਹੋਇਆ ਕਿ ਮੈਂ ਗੁਰੂ ਸਤਿਗੁਰੂ ਜੀ ਦੀ ਜੋ ਜਨਮ ਪੱਤਰੀ ਬਣਾਈ ਹੈ ਉਸ ਵਕਤ ਉਹ ਮੈਂ ਜਾ ਕਰਕੇ ਉੱਥੋਂ ਲੈ ਕੇ ਆਵਾਂਗਾ, ਜਿਸ ਤਰ੍ਹਾਂ ਅੱਜ ਕੱਲ੍ਹ ਸਰਟੀਫਿਕੇਟ ਬਣਾ ਦਿੰਦੇ ਨੇ। ਪਹਿਲਾਂ ਇਹੀ ਚੀਜ਼ਾਂ ਬਣਦੀਆਂ ਹੁੰਦੀਆਂ ਸੀ ਵੀ ਸਾਰਾ ਨੋਟ ਕਰਾਉਣਾ ਚੌਂਕੀਦਾਰ, ਇਸ ਤਰ੍ਹਾਂ ਉਹ ਸਾਰੀ ਚੀਜ਼ ਜਿਹੜੀ ਸੀ ਉਹ ਤਿਆਰ ਹੋ ਜਾਂਦੀ ਸੀ। ਭਇਓ ਤਿਆਰ ਚੱਲਣ ਕੋ ਸੰਗਾ, ਨਾਲ ਜਾਣ ਲਈ ਉਹ ਤਿਆਰ ਹੋ ਗਿਆ। ਧੰਨ ਭਾਗ ਆਪਣੇ ਘਰ ਜਾਣੇ ਪੱਤਰੀ ਨਾਨਕ ਦਰਸ਼ਨ ਮਾਨੇ। ਆਪਣੇ ਧੰਨ ਭਾਗ ਜਾਣੇ ਇਸ ਕਰਕੇ ਵੀ ਪੱਤਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਜਿਹੜੀ ਪੱਤਰੀ ਸੀ ਉਹ ਮੰਨਿਆ ਇਹ ਕਿ ਭਾਵ ਅਵਤਾਰ ਦੀ ਥਿੱਤ ਵਾਲ ਠੀਕ ਲੱਭਣ ਲਈ ਪੱਤਰੀ ਦੀ ਖੋਜ ਹੋਈ। ਪੱਤਰੀ ਦੇ ਦਰਸ਼ਨ ਕੀਤੇ ਉਹਨਾਂ ਦੇ, ਗੁਰੂ ਨਾਨਕ ਸਾਹਿਬ ਦੇ ਤਾਂ ਕੀਤੇ ਨਹੀਂ ਪਰ ਉਹਨਾਂ ਦੀ ਪੱਤਰੀ ਦੇ ਦਰਸ਼ਨ ਵੀ ਉਹਨਾਂ ਦੇ ਦਰਸ਼ਨ ਹੀ ਮਨ ਹੋ ਜਾਣਗੇ। ਬੰਦਨ ਕਰ ਸੁਨ ਸਤ ਕਰਤਾਰ ਚਲਤ ਭੈ ਨਾਨਕ ਉਰਤਾਰ। ਬੰਦਨਾ ਕਰਕੇ ਮੱਥਾ ਟੇਕ ਕੇ ਸਤਿਗੁਰੂ ਅੰਗਦ ਦੇਵ ਮਹਾਰਾਜ